Lord Father Jesus. Lord Jesus, Father. Hallelujah. Hallelujah. Amen. Amen. ਆਪਣੇ ਬਾਈਬਲ ਨੂੰ ਆਪਣੇ ਹੱਥ ਵਿੱਚ ਲੈ ਕੇ ਪ੍ਰਾਰਥਨਾ ਕਰੀਏ। ਬੋਲੀਏ ਬੋਲੀਏ ਬੋਲੀਏ। ਥੈਂਕ ਯੂ ਜੀਸਸ। ਯਹੋਵਾ ਪਰਮੇਸ਼ਵਰ ਜੀਸਸ। ਥੈਂਕ ਯੂ ਲਾਰਡ ਜੀਸਸ। ਅਦੋਨਾਈ ਪਰਮੇਸ਼ਵਰ। ਆਮੇਨ। ਖੁਦਾ ਦੀ ਪ੍ਰੈਜੈਂਸ 'ਚ ਆਉਣਾ ਸਭ ਤੋਂ ਉੱਤਮ ਆ। ਇਹ 100 ਦਿਨਾਂ ਨਾਲੋਂ ਚੰਗਾ ਜਿਹੜਾ ਦਿਨ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੰਘ ਜਾਂਦਾ ਵਾ। ਇਹ ਖੁਦਾ ਦੀ ਹਜ਼ੂਰੀ ਤੁਹਾਨੂੰ ਜਿਹੜੀ ਹੈ ਨਾ, ਪਰਮੇਸ਼ਵਰ ਦੀ ਪ੍ਰੈਜੈਂਸ 'ਚ ਜਦੋਂ ਤੁਸੀਂ ਬਹਿੰਦੇ ਆ, ਪਰਮੇਸ਼ਵਰ ਤੁਹਾਡੀ ਸਰਵਿਸ ਕਹਿ ਲਓ, ਜਾਂਚ ਕਹਿ ਲਓ, ਤਾਂ ਤੁਸੀਂ ਇਹ ਕਹਿ ਸਕਦੇ ਹੋ ਪਰਮੇਸ਼ਵਰ ਤੁਹਾਨੂੰ ਹਰੇਕ ਤਰੀਕਿਓਂ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਗੱਡੀ ਚਲਾ ਕੇ ਉਹਨੂੰ ਮਹੀਨੇ ਬਾਅਦ, 2 ਮਹੀਨੇ ਬਾਅਦ ਸਰਵਿਸ ਦੀ ਜ਼ਰੂਰਤ ਪੈਂਦੀ ਹੈ। ਵਰਕਸ਼ਾਪ 'ਚ ਲਿਜਾਣਾ ਪੈਂਦਾ ਹੈ, ਵਰਕਸ਼ਾਪ 'ਤੇ ਲਿਜਾ ਕੇ ਤੁਸੀਂ ਉਹਦੀ ਸਰਵਿਸ ਕਰਾਉਂਦੇ ਹੋ, ਵੀ ਮੇਨਟੇਨੈਂਸ ਕਰਦੇ ਹੋ, ਮੇਨਟੇਨ ਕਰਦੇ ਹੋ ਕਾਰ ਨੂੰ ਵੀ ਠੀਕ ਚੱਲੇ, ਉਹਦੇ ਬ੍ਰੇਕ ਵਗੈਰਾ ਠੀਕ ਕਰਵਾਉਂਦੇ ਹੋ, ਲੈਨਮੈਨ ਠੀਕ ਕਰਵਾਉਂਦੇ ਹੋ, ਹੋਰ ਬਹੁਤ ਕੁਝ ਹੁੰਦਾ ਹੈ ਜੋ ਤੁਸੀਂ ਗੱਡੀ ਦਾ ਠੀਕ ਕਰਵਾਉਂਦੇ ਹੋ। ਇਸੇ ਤਰ੍ਹਾਂ ਸਾਡੀ ਬਾਡੀ ਆ, ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਚਰਚ ਜਦੋਂ ਅਸੀਂ ਆਉਂਦੇ ਹਾਂ, ਪਰਮੇਸ਼ਵਰ ਸਾਡੀਆਂ ਕਮਜ਼ੋਰੀਆਂ ਦੂਰ ਕਰਦਾ ਹੈ, ਸਾਨੂੰ ਪਰਮੇਸ਼ਵਰ ਪਰਫੈਕਟ ਬਣਾਉਂਦਾ ਹੈ ਆਪਣੇ ਕਲਾਮ ਦੇ ਦੁਆਰਾ। ਜੇ ਸਾਡੇ ਜੀਵਨ ਦੇ ਵਿੱਚ ਕੁਝ ਰੁਕਾਵਟਾਂ ਆਉਂਦੀਆਂ ਨੇ, ਖਰਾਬੀਆਂ ਆਉਂਦੀਆਂ ਨੇ, ਪਰਮੇਸ਼ਵਰ ਕੱਢਦਾ ਹੈ, ਖੁਦਾ ਦੂਰ ਕਰਦਾ ਹੈ, ਸਾਨੂੰ ਇੱਦਾਂ ਦਾ ਪਰਫੈਕਟ ਬਣਾ ਕੇ ਚਰਚ 'ਚੋਂ ਭੇਜਦਾ ਹੈ ਵੀ ਅਸੀਂ ਪੂਰਾ ਹਫ਼ਤਾ ਠੀਕ ਚੱਲ ਸਕੀਏ, ਕਲਾਮ ਦੁਆਰਾ ਚੱਲ ਸਕੀਏ, ਉਹਦੀ ਆਤਮਾ ਦੁਆਰਾ ਚੱਲ ਸਕੀਏ। ਹਾਲੇਲੂਇਆ। ਚਰਚ ਤੁਹਾਡਾ ਆਉਣਾ ਇਸ ਲਈ ਜ਼ਰੂਰੀ ਆ ਵੀ ਤੁਸੀਂ ਪਰਫੈਕਟ ਬਣ ਸਕੋ। ਬੱਚਿਆਂ ਨੂੰ ਸਕੂਲ ਤੁਸੀਂ ਇਸ ਲਈ ਭੇਜਦੇ ਹੋ, ਇਹਨਾਂ ਨੂੰ ਦੁਨੀਆ ਦਾ ਗਿਆਨ ਪਤਾ ਲੱਗੇ, ਦੇਸ਼ ਕਦੋਂ ਆਜ਼ਾਦ ਹੋਇਆ, ਕੀ ਕੁਰਬਾਨੀਆਂ ਹੋਈਆਂ, ਇਤਿਹਾਸ ਵਿੱਚ ਕੀ ਲਿਖਿਆ ਏ, ਭੂਗੋਲ 'ਚ ਕੀ ਲਿਖਿਆ ਏ, ਸਰੀਰਕ ਸਿੱਖਿਆ ਵਿੱਚ ਕੀ ਆਉਂਦਾ ਏ, ਵਿਗਿਆਨ ਵਿੱਚ ਕੀ ਲਿਖਿਆ ਹੈ, ਸਮਾਜਿਕ ਸਿੱਖਿਆ 'ਚ ਕੀ, ਤੁਸੀਂ ਸਕੂਲ 'ਚ ਭੇਜਦੇ ਹੋ ਵੀ ਬੱਚਾ ਪੜ੍ਹੇ, ਅੱਛੀ ਨੌਲੇਜ ਪ੍ਰਾਪਤ ਕਰੇ ਜਿਹੜੀ ਦੁਨੀਆ ਦੇ ਉੱਤੇ ਚਾਹੀਦੀ ਆ। ਅਤੇ ਚਰਚ ਵਿੱਚ ਅਸੀਂ ਇਸ ਲਈ ਆਉਣਾ ਜ਼ਰੂਰੀ ਸਮਝਣਾ ਵਾ ਵੀ ਮੈਂ ਚਰਚ ਵਿੱਚ ਜਾਊਂਗਾ, ਮੈਨੂੰ ਸਵਰਗ ਦੀ ਨੌਲੇਜ ਮਿਲੇ, ਮੈਨੂੰ ਪ੍ਰਭੂ ਦੀ ਨੌਲੇਜ ਮਿਲੇ, ਮੈਨੂੰ ਪਰਮੇਸ਼ਵਰ ਦੇ ਬਾਰੇ ਜਾਣਕਾਰੀ ਮਿਲੇ। ਹਾਲੇਲੂਇਆ। ਜਿੱਦਣ ਚਰਚ ਆਉਂਦੇ ਹੋ ਬੜੇ ਉਤਸ਼ਾਹ ਨਾਲ ਆਇਆ ਕਰੋ ਖੁਦਾ ਦੀ ਹਜ਼ੂਰੀ 'ਚ, ਇਹ ਵਿਆਹ ਨਾਲੋਂ ਵੀ ਉੱਤਮ ਆ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਤੇ ਅਸੀਂ ਰੋਣ ਲੱਗ ਪੈਂਦੇ ਹਾਂ ਜਦੋਂ ਸਾਨੂੰ ਆਖਣ ਲੱਗੇ ਆਓ ਅੱਜ ਚਰਚ ਚੱਲੀਏ, ਰੋਣ ਹੀ ਲੱਗ ਪੈਂਦੇ ਹਾਂ, ਇਹ ਸਾਡੇ ਤੋਂ ਤਾਂ ਕਿਰਾਇਆ ਹੈ ਨੀ ਜੀ, ਤੇਲ ਮੁੱਕਿਆ ਹੋਇਆ, ਪੱਪੂ ਦੇ ਪਾਪਾ ਠੀਕ ਨਹੀਂ ਆ, ਬਿਮਾਰ ਆ, ਇੱਧਰ ਰੋਣ ਲੱਗ ਪੈਂਦੇ ਐਤਵਾਰ ਨੂੰ। ਦਾਊਦ ਕਹਿੰਦਾ ਮੈਂ ਖੁਸ਼ ਹੋਇਆ ਜਦੋਂ ਮੈਨੂੰ, ਤੇ ਅੱਜ ਦੀ ਕਲੀਸੀਆ ਦੇ ਵਿਸ਼ਵਾਸੀ ਕਹਿੰਦੇ ਮੈਂ ਰੋਣ ਲੱਗਾ ਜਦੋਂ ਮੈਨੂੰ, ਆਓ ਯਹੋਵਾ ਦੇ
ਤੂੰ ਜਾਇਆ ਯਾਰ ਕੋਈ ਨਹੀਂ, ਮੈਂ ਠੀਕ ਨਹੀਂ ਗਾ, ਮੈਨੂੰ ਠੰਡ ਪਈ, ਮੈਨੂੰ ਕਾਂਬਾ ਬਹੁਤ ਲੱਗਦਾ। ਤੇ ਜੇ ਕਿਤੇ ਦੂਜੇ ਦਿਨ ਵਿਆਹ ਹੋਵੇ, ਉਸੇ ਕਾਂਬੇ ਵਾਲੇ ਬੰਦੇ ਨੇ ਨੱਚਣੋਂ ਨਹੀਂ ਹਟਣਾ। ਚਰਚ ਚ ਆਉਣ ਲੱਗੇ, ਠੰਡ ਚਰਚ ਚ ਠੰਡ ਬਹੁਤ ਹੈ, ਚਰਚ ਚ ਠੰਡ ਬਹੁਤ, ਮੁੜ ਕੇ ਇਹੀ ਚਰਚ ਤੁਹਾਨੂੰ ਗਰਮੀ ਬਹੁਤ ਲੱਗਦੀ ਆ, ਚਰਚ ਚ ਗਰਮੀ ਬਹੁਤ ਆ। ਕੱਢੋ ਦਸਵੰਤ ਆਪਣਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ। ਤਨਖਾਹਾਂ ਲਈ ਦੁਆ ਕਰਾਈ ਜਾਇਆ ਕਰੋ, ਤਨਖਾਹ ਵੱਧ ਜਾਵੇ। ਕਈ ਤਾਂ ਵਿਚਾਰੇ ਪੈਨਸ਼ਨਾਂ ਵਧਾਉਣ ਲਈ ਵੀ ਦੁਆ ਕਰਾਉਂਦੇ ਰਹਿੰਦੇ ਆ, ਜੀ 20 ਜਾਂ 30 ਹੋ ਜਾਵੇ, ਹੁਣ ਦੇਣਾ ਕਿੰਨਾ, ਬਸ ਉਹੀ 100-50 ਰੁਪਈਏ ਕੁਝ ਲੈਣਾ, ਕੁਝ ਦੇਣਾ ਸਿੱਖੀਏ। ਜੇ ਖੁਦਾ ਤੋਂ ਕੁਝ ਲੈਣਾ ਨਾ, ਕੁਝ ਦੇਣਾ ਸਿੱਖੀਏ। ਜਿਹੜਾ ਤੁਸੀਂ ਧੰਨਵਾਦ ਦਿੰਦੇ ਹੋ, ਤੇ ਉਹ ਧੰਨਵਾਦ ਦੇ ਬਦਲੇ ਪਰਮੇਸ਼ਵਰ ਕੰਮ ਵੀ ਕਰਦਾ ਹੈ ਤੁਹਾਡਾ, ਇਸ ਲਈ ਧੰਨਵਾਦ ਦਿੰਦੇ ਹੋ। ਕਿਉਂ ਜੀ ਹਿੰਦਪਾਲ ਜੀ, ਹੁਣ ਕਿਸੇ ਨੇ ਤੁਹਾਡਾ ਕੰਮ ਕੀਤਾ, ਤੁਸੀਂ ਉਹਨੂੰ ਮੁਰਖੀ ਕਹਿੰਦੇ ਹੋ, ਤੇ ਉਹ ਹੋਰ ਕੀ ਕਰੂਗਾ ਤੁਹਾਡਾ? ਹਾਲੇਲੂਇਆ, ਜਦੋਂ ਤੁਸੀਂ ਧੰਨਵਾਦ ਕਿਸੇ ਦਾ ਕਰਦੇ ਹੋ, ਤੁਹਾਡਾ ਕੰਮ ਕੀਤਾ ਹੁੰਦਾ ਹੈ। ਜਦੋਂ ਅਗਲੇ ਦਾ ਧੰਨਵਾਦ ਕਰ ਦਿੰਦੇ ਹੋ, ਅਗਲਾ ਹੋਰ ਤੁਹਾਡਾ ਕੰਮ ਕਰਦਾ ਹੈ। ਪਰਮੇਸ਼ਵਰ ਨੂੰ ਦਊਂਗੇ ਤਾਂ ਤੁਹਾਨੂੰ ਦੇਵੇਗਾ। ਦੇਣਾ ਸਿੱਖੋ ਪਰਮੇਸ਼ਵਰ ਨੂੰ, ਚਾਹੇ 500 ਰੁਪਈਆ ਹੈ, ਚਾਹੇ 5000 ਕਮਾਉਂਦੇ ਹੋ, ਘਰ ਦੇ ਖਰਚੇ ਕਦੀ ਨਹੀਂ ਪੂਰੇ ਹੋਣੇ। ਮੈਂ ਕਹਿੰਦਾ ਜਿੰਨਾ ਮਰਜ਼ੀ ਅਮੀਰ ਬੰਦਾ ਹੋਵੇ, ਉਹ ਵੀ ਰਹੂਗਾ ਯਾਰ ਮੇਰੀਆਂ ਤਨਖਾਹਾਂ ਦੇਣ ਵਾਲੀਆਂ ਬੰਦਿਆਂ ਦੀਆਂ, ਮੇਰੀਆਂ ਕੀ ਦੇਣ ਵਾਲੀਆਂ ਤਨਖਾਹਾਂ ਦੇਣ, ਮੇਰੇ ਬਿੱਲ ਲੱਗੇ ਹੋਏ ਨੇ, ਪਾਸ ਨਹੀਂ ਹੋਏ, ਪੈਸੇ ਅੜੇ ਹੋਏ ਨੇ, ਮਿਲੇ ਨਹੀਂ, ਉਹ ਵੀ ਰੋਂਦਾ। ਤੇ ਜਿਹੜਾ 5000 ਕਮਾਉਂਦਾ, ਉਹ ਵੀ ਸੁਖੀ ਕੌਣ ਆ ਫਿਰ? ਜਿਹੜਾ ਆਨੰਦ ਨਾਲ ਬੀਜਦਾ ਏ, ਪਰਮੇਸ਼ਵਰ ਦੀ ਹਜ਼ੂਰੀ ਚ ਆਉਂਦਾ ਏ। ਹਾਲੇਲੂਇਆ। ਇੱਕ ਵਿਧਵਾ ਔਰਤ ਭਵਨ ਵਿੱਚ ਗਈ, ਉਹਨੇ 2 ਦਮੜੀਆਂ ਸੀ ਉਹਦੇ ਕੋਲ, ਉਹਨੇ ਪਾਤੀਆਂ। ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ, ਮਾਈ ਹੋਰ ਨਹੀਂ ਪਾ ਸਕਦੀ? ਤਾਂ ਪ੍ਰਭੂ ਜੀ ਨੇ ਕੀ ਕਿਹਾ? ਇਹਨੇ ਸਾਰਿਆਂ ਨਾਲੋਂ ਕਿਉਂ? ਉਹਨੇ ਆਪਣੇ ਕੋਲ ਕੁਝ ਵੀ, ਮਤਲਬ ਉਹਨੇ ਪੂਰੇ ਸੱਚੇ ਦਿਲ ਨਾਲ ਉਹ ਦਸਵੰਤ ਪਾਤਾ ਸੀ ਜਿਹੜਾ ਪਰਮੇਸ਼ਵਰ ਦਾ ਸੀ। ਉਹਨੇ ਪਰਮੇਸ਼ਵਰ ਦਾ ਆਪਣੇ ਕੋਲ ਕੁਝ ਵੀ ਨਹੀਂ, ਉਹਨੇ ਪੂਰੀ ਕਮਾਈ ਨਹੀਂ ਸੀ ਕਹਿ ਰਿਹਾ ਪ੍ਰਭੂ, ਪ੍ਰਭੂ ਇਹ ਕਹਿ ਰਿਹਾ ਇਹਨੇ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ। ਕਹਿਣ ਦਾ ਭਾਵ ਪਰਮੇਸ਼ਵਰ ਕਹਿੰਦਾ ਸੀ ਇਹ ਜਿਹੜਾ ਪਰਮੇਸ਼ਵਰ ਦਾ ਸੀ ਨਾ, ਉਹਨੇ ਉਹ ਪਾਤਾ, ਉਹਨੇ ਪਰਮੇਸ਼ਵਰ ਦਾ ਆਪਣੇ ਕੋਲ ਹਿੱਸਾ। ਕੁਝ ਭੈਣਾਂ ਉੱਦਾਂ ਦੀਆਂ ਹੁੰਦੀਆਂ ਨੇ ਜਿਹਨਾਂ ਨੇ ਦਸਵੰਤ ਕੱਢ ਕੱਢ ਕੇ ਘਰੇ ਜਮ੍ਹਾਂ ਕੀਤਾ ਹੁੰਦਾ ਹੈ। ਜਦੋਂ ਕਿਤੇ ਨਿਆਣਾ ਨਿੱਕਾ ਬਿਮਾਰ ਹੋ ਜਾਏ, ਘਰ 'ਚ ਲੋੜ ਪੈ ਜਾਵੇ, ਦਸਵੰਤ ਹੀ ਵਰਤ ਲੈਂਦੀਆਂ। ਫਿਰ ਉਹਨਾਂ ਨੂੰ ਇਹ ਨਹੀਂ ਪਤਾ ਜਦੋਂ ਵਰਤ ਲਿਆ ਫਿਰ ਉਹ ਨਿਕਲਦਾ ਔਖਾ, ਫਿਰ ਬਿਮਾਰੀ ਦੇ ਪੈਸੇ, 2000 ਦੇ ਟੈਸਟ, 2000 ਦੀ ਦਵਾਈ ਆ ਗਈ, 10 ਹੋਸਪਿਟਲ ਬਦਲ ਲੈ, 5 ਹੋਸਪਿਟਲਾਂ 'ਚ ਚਲੇ ਗਏ, 5 ਡਾਕਟਰ ਬਦਲ ਲੈ, ਪੈਸੇ 'ਤੇ ਪੈਸਾ ਲੱਗੀ ਜਾਂਦਾ, ਸਾਡੀਆਂ ਦਰਦਾਂ ਨਹੀਂ ਠੀਕ ਹੁੰਦੀਆਂ, ਸਾਡੀਆਂ ਰਿਪੋਰਟਾਂ ਨਹੀਂ ਨੋਰਮਲ ਆਉਂਦੀਆਂ, ਕਾਰਨ ਪਰਮੇਸ਼ਵਰ ਦਾ। ਤੁਸੀਂ ਪਰਮੇਸ਼ਵਰ ਨੂੰ ਠੱਗਦੇ ਹੋ ਮਲਾਕੀ ਦੇ ਵਿੱਚ, ਦਸਵੰਤਾਂ ਅਤੇ ਭੇਟਾਂ ਵਿੱਚ। ਪੈਲੂਸ ਵੀ ਕਹਿੰਦਾ ਹੈ ਗ੍ਰੰਥੀਆਂ 'ਚ, ਚੰਦਾ, ਚੰਦੇ ਦੇ ਬਾਰੇ ਪੂਰਾ ਚੈਪਟਰ ਲਿਖਿਆ ਹੈ, ਕਹਿੰਦਾ ਮੇਰੇ ਆਉਣ ਤੋਂ ਪਹਿਲਾਂ ਗਰਾਈ ਕਰਕੇ ਰੱਖਿਆ ਕਰੋ ਵੀ ਆਪਾਂ ਪਰਮੇਸ਼ਵਰ ਦੇ ਕੀ ਕਰੀਏ। ਆਪਣੇ ਖਰਚੇ ਲਈ ਉਹ ਕੰਮ ਕਰਦੇ ਸੀ, ਪਰ ਪਰਮੇਸ਼ਵਰ ਦੇ ਕੰਮਾਂ ਲਈ ਉਹ ਕਹਿ ਰਿਹਾ ਸੀ ਗਰਾਈ ਕਰਕੇ ਰੱਖਿਓ। ਫਿਰ ਪਤਰਸ ਨੇ ਕਮੇਟੀ ਬਣਾਈ ਹੋਈ ਸੀਗੀ, ਸਟੀਫਨਸ ਨੂੰ ਵੀ ਰੱਖਿਆ ਹੋਇਆ ਸੀ ਕਮੇਟੀ 'ਚ। ਫਿਰ ਲੋਕ ਇਕੱਠੇ ਕਰਦੇ ਸੀ ਪੈਸੇ, ਵਿਧਵਾ ਔਰਤਾਂ ਦਾ ਖਰਚਾ ਚੱਕਦੇ ਸੀ, ਲੰਗਰ ਚੱਲਦਾ ਸੀ। ਆਪਾਂ ਕੀ ਪਰਮੇਸ਼ਵਰ ਦੇ ਨਾਲ ਵਫਾਦਾਰ ਹੈਗੇ ਹਾਂ, ਖੁਦਾ ਨਾਲ ਪ੍ਰੋਪਰ ਚੱਲ ਰਹੇ ਹਾਂ?
ਜੇ ਤੁਸੀਂ ਕੱਲਾ ਇਹੀ ਸਮਝੋ ਨਾ ਦੁਆ ਕਰਨ ਵਾਲੀ ਮੈਂ ਸਵਰਗ 'ਚ ਚੱਲ ਜਾਣਾ ਜਾਂ ਕੱਲੀ ਬਾਈਬਲ ਪੜ੍ਹਨ ਦੇ ਨਾਲ, ਨਹੀਂ। ਯਾਕੂਬ ਦੀ 2:10 ਵਿੱਚ ਲਿਖਿਆ ਹੈ, ਜੇ ਤੂੰ ਸਾਰੀ ਸ਼ਰ੍ਹਾਂ ਦੀ ਪਾਲਣਾ ਕਰੇ ਤਾਂ ਇੱਕ ਗੱਲ ਵਿੱਚੋਂ ਭੁੱਲ ਜਾਵੇਂ, ਸਭਨਾਂ ਵਿੱਚੋਂ ਦੋਸ਼ੀ ਆ। ਜੇ ਨਵੇਂ ਨੇਮ ਵਿੱਚ ਦਸਵੰਧ ਬਾਰੇ ਨਹੀਂ ਲਿਖਿਆ ਤਾਂ ਨਵੇਂ ਨੇਮ 'ਚ ਬੰਦ ਬਾਰੇ ਵੀ ਨਹੀਂ ਲਿਖਿਆ। ਨਵੇਂ ਨੇਮ 'ਚ ਦਸਵੰਧ ਦੇ ਬੰਦ ਬਾਰੇ ਵੀ ਨਹੀਂ ਲਿਖਿਆ ਵੀ ਨਹੀਂ ਦੇਣਾ ਚਾਹੀਦਾ। ਤਾਂ ਆਪਣਾ ਵੀ ਦਸਵੰਧ ਕੱਢਦਾ ਮੈਂ, ਟਾਈਮ ਦਾ ਵੀ ਪੈਸੇ ਦਾ ਵੀ ਦਸਵੰਧ ਕੱਢਦਾ ਮੈਂ। ਮੈਨੂੰ ਪਤਾ ਮੈਂ ਪਰਮੇਸ਼ਵਰ ਤੋਂ ਕਿਸ ਰੀਤੀ ਨਾਲ ਲੈਣਾ ਵਾ। ਜੇ ਦਸਵੰਧ ਬੰਦ ਕੀਤਾ ਹੁੰਦਾ ਨਾ ਨਵੇਂ ਨੇਮ 'ਚ, ਫਿਰ ਪਰਮੇਸ਼ਵਰ ਰਸੂਲਾਂ ਦੇ ਕਰਤੱਬ 10 ਭਾਗ ਵਿੱਚ ਨਾ ਕਹਿੰਦਾ। ਕੀ ਕਿਹਾ ਸੀ ਪਰਮੇਸ਼ਵਰ ਨੇ ਕਰਨੈਲੀਅਸ ਨੂੰ? ਬੋਲੋ, ਤੇਰੇ ਦਾਨ ਤੇ ਤੇਰੀਆਂ ਪ੍ਰਾਰਥਨਾਵਾਂ ਯਾਦਗਿਰੀ ਲਈ। ਤੇ ਜੇ ਬੰਦ ਪ੍ਰਭੂ ਕਹਿ ਦਿੰਦਾ ਵੀ ਦਸਵੰਧ ਦੀ ਲੋੜ ਨਹੀਂ, 4 ਅੰਜੀਲਾਂ ਵਿੱਚ ਕਹਿ ਦੇਣਾ ਸੀ। ਕਈ ਬਹੁਤ ਕਹਿੰਦੇ ਨਾ ਨਵੇਂ ਨੇਮ 'ਚ ਕਿਤੇ ਨਹੀਂ ਲਿਖਿਆ ਪਰਮੇਸ਼ਵਰ ਨੇ ਦਸਵੰਧ ਪਾਦਰੀ ਲੁੱਟਦੇ ਆ, ਤੇ ਫਿਰ ਪਰਮੇਸ਼ਵਰ ਕਿਉਂ ਕਹਿ ਰਿਹਾ? ਫਰਿਸ਼ਤਾ ਕਿਉਂ ਕਹਿ ਰਿਹਾ ਆ ਕੇ? ਤੇ ਜਿਹੜਾ ਮੈਸੇਜ ਲੈ ਕੇ ਆਉਂਦਾ ਫਰਿਸ਼ਤੇ ਦਾ ਨਾਮ ਦੱਸੋ। ਜਿਹੜਾ ਫਰਿਸ਼ਤਾ ਮੈਸੇਜ ਲੈ ਕੇ ਆਉਂਦਾ ਨਾ ਧਰਤੀ ਤੇ, ਮੈਸੇਂਜਰ ਆਫ ਗੋਡ, ਉਹਦਾ ਨਾਮ ਦੱਸੋ, ਜਬਰਾਇਲ। ਉਹ ਐਡਾ ਪਾਵਰਫੁਲ ਫਰਿਸ਼ਤਾ, ਉਹ ਕਿਉਂ ਕਹਿ ਰਿਹਾ ਆ ਕੇ? ਨਹੀਂ ਤਾਂ ਉਹਨੂੰ ਨੀ ਪਤਾ ਵੀ ਬੰਦ ਆ ਵੀ ਤੁਹਾਡੇ ਦਾਨ ਤੁਹਾਡੀ ਆਫਰਿੰਗ ਜਮ੍ਹਾਂ ਹੁੰਦੀ ਆ ਸਵਰਗ ਵਿੱਚ, ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚਦੀ ਆ। ਤੇ ਇਹ ਭੇਟਾਂ, ਇਹ ਦਸਵੰਤ ਤੁਹਾਨੂੰ ਪਤਵੰਤਾਂ ਵਿੱਚ ਬਿਠਾਉਂਦੇ ਆ। ਹਾਲੇਲੂਇਆ! ਇਹ ਦਸਵੰਤ ਤੇ ਭੇਟਾਂ ਤੁਹਾਨੂੰ ਪਤਵੰਤਾਂ ਵਿੱਚ ਬਿਠਾਉਂਦੇ ਆ। ਚਲੀਏ ਖੁਦਾ ਦੇ ਕਲਾਮ 'ਚੋਂ ਪੜ੍ਹਦੇ ਹਾਂ, ਔਰ ਕਲਾਮ 'ਚ ਜਾਣ ਤੋਂ ਪਹਿਲਾਂ ਬੜੇ ਧਿਆਨ ਨਾਲ ਸੁਣੀਏ। ਪਰਮੇਸ਼ਵਰ ਨੂੰ ਨਾ ਜੇ ਸਮਝਣਾ ਵਾ ਅਸੀਂ, ਤੁਹਾਨੂੰ ਪੁਰਾਣਾ ਨੇਮ ਪੜ੍ਹਨਾ ਪੈਣਾ ਵਾ। ਇਹ ਜ਼ਿੰਦਗੀ 'ਚ ਮੇਰੀ ਗੱਲ ਸੁਣਿਓ, ਨੋਟ ਕਰਿਓ, ਕਿੰਨੇ ਆ ਜਿਹੜੇ ਪੁਰਾਣਾ ਨੇਮ ਪੜ੍ਹਦੇ ਆ, ਥੱਲੇ ਕਰ ਲਓ, ਕਿੰਨੇ ਆ ਜਿਹੜਾ ਕੋਈ ਦੋਨੇ ਨਹੀਂ ਪੜ੍ਹਦੇ? ਬਹੁਤ ਸਾਰੇ ਆ ਜਿਹੜੇ ਪੜ੍ਹਦੇ ਨੇ, ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਬੜੇ ਧਿਆਨ ਨਾਲ ਸੁਣਿਓ, ਉਹ ਹੱਥ ਖੜਾ ਕਰੋ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਥੋੜੇ ਹੀ ਆ, ਥੱਲੇ ਕਰ ਲਓ। ਆ ਜਿਹੜੇ ਵਿੱਚ ਵਿਚਾਲੇ ਵਾਲੇ ਆ, ਇਹ ਕਿਸੇ ਪਾਸੇ ਵੀ ਨਹੀਂ ਆ। ਮੈਂ ਕਿਹਾ ਪੰਜਾਬ ਨਵਾਂ ਨੇਮ ਵਾਲੇ ਉਹਨਾਂ 'ਚ ਵੀ ਥੋੜੇ ਸੀ, ਨਵੇਂ ਨੇਮ ਵਾਲੇ ਉਹ 'ਚ ਵੀ ਥੋੜੇ, ਜਿਹੜੇ ਮੈਂ ਕਿਹਾ ਪੜ੍ਹਦੇ ਨਹੀਂ ਉਹ ਕੋਈ ਵੀ ਨਹੀਂ ਹੱਥ ਖੜਾ ਕੀਤਾ। ਹੁਣ ਮੈਂ ਪੰਜਾਬੀ 'ਚ ਕਿਹਾ ਤਾਂ 4-5 ਹੀ ਆ। ਮੈਂ ਤਾਂ ਕਹਿ ਰਿਹਾ ਸ਼ਾਇਦ ਮੇਰੇ ਚਰਚ ਸਾਰੇ ਇੰਗਲਿਸ਼ ਹੀ ਸਮਝਦੇ ਆ। ਉਹ ਯਾ ਕਿੱਦਾਂ ਸਾਰੇ ਠੀਕ ਹੋ? ਹਾਲੇਲੂਇਆ! ਪੜ੍ਹੋ ਬਾਈਬਲ ਨੂੰ। ਜਿਸਮ ਸੀ ਕੀ ਕਹਿ ਰਿਹਾ ਹੈ? ਯੂਹੰਨਾ ਦੀ ਅੰਜੀਲ 3:12 ਜਦ ਮੈਂ ਤੁਹਾਨੂੰ ਸੰਸਾਰੀ ਗੱਲਾਂ ਦੱਸੀਆਂ ਅਤੇ ਤੁਸੀਂ ਪ੍ਰਤੀਤ ਨਾ ਕੀਤੀ ਫਿਰ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿੱਕਰ ਪ੍ਰਤੀਤ ਕਰੋਗੇ? ਫਿਰ ਤੁਸੀਂ ਕਿੱਦਾਂ ਪ੍ਰਤੀਤ ਕਰੋਗੇ? ਹਾਂਜੀ, ਪੜ੍ਹੀਏ ਹਿੰਦੀ 'ਚ ਵੀ। ਇੱਕ ਤਾਰ ਵਾਲਾ ਮਾਈਕ ਲੈ ਕੇ ਰੱਖੋ ਨਾ। ਜਬ ਮੈਂ ਪ੍ਰਿਥਵੀ ਕੀ ਬਾਤੇਂ ਕਹੀ ਜਬ
ਜਦ ਮੈਨੇ ਤੁਮ ਸੇ ਪ੍ਰਿਥਵੀ ਕੀ ਬਾਤੇ ਕਹੀ ਪ੍ਰਿਥਵੀ ਕੀ ਬਾਤੇ ਕਹੀ ਔਰ ਤੁਮ ਵਿਸ਼ਵਾਸ ਨਹੀਂ ਕਰਤੇ ਤੁਮ ਵਿਸ਼ਵਾਸ ਨਹੀਂ ਕਰਤੇ ਤੋ ਜਦੀ ਮੈਂ ਤੁਮ ਸੇ ਸਵਰਗ ਕੀ ਬਾਤੇ ਕਹੂੰ ਜਦੀ ਮੈਂ ਤੁਮ ਸੇ ਸਵਰਗ ਕੀ ਬਾਤੇ ਕਹੂੰ ਤੋ ਫਿਰ ਕੈਸੇ ਵਿਸ਼ਵਾਸ ਕਰੋਗੇ ਫਿਰ ਕਿੱਦਾਂ ਵਿਸ਼ਵਾਸ ਕਰੋਗੇ ਵਿਸ਼ਵਾਸ ਕਰਨ ਲਈ ਤੁਹਾਨੂੰ ਪੁਰਾਣਾ ਨਿਯਮ ਪੜ੍ਹਨਾ ਪੈਣਾ ਹੈ ਪਰਮੇਸ਼ਵਰ ਨੂੰ ਜਾਣਨਾ ਪੈਣਾ ਹੈ ਪਰਮੇਸ਼ਵਰ ਨੂੰ ਜਾਣਨ ਲਈ ਇੱਕ ਕਿਤਾਬ ਬਹੁਤ ਜ਼ਰੂਰੀ ਆ ਪੜ੍ਹਨੀ ਹਰੇਕ ਵਿਸ਼ਵਾਸੀ ਨੂੰ ਬੱਚੇ ਨੂੰ ਉਹ ਕਿਤਾਬ ਬੜੀ ਜ਼ਰੂਰੀ ਆ ਜੇ ਪਰਮੇਸ਼ਵਰ ਨੂੰ ਜਾਣਨਾ ਹੈ ਉਹ ਕਿਤਾਬ ਦਾ ਨਾਮ ਹੈ ਬੁੱਕ ਆਫ ਜੈਨਸਿਸ ਉਤਪਤੀ ਦੀ ਕਿਤਾਬ ਪਦੈਸ਼ ਦੀ ਕਿਤਾਬ ਉਹ ਕਿਤਾਬ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ ਪਰਮੇਸ਼ਵਰ ਇੱਥੇ ਨਿਕੋਦਮਸ ਨਾਲ ਗੱਲ ਕਰ ਰਿਹਾ ਹੈ ਬਹੁਤ ਸਾਰੇ ਲੋਕਾਂ ਨਾਲ ਗੱਲ ਕਰ ਰਿਹਾ ਹੈ ਕਹਿੰਦਾ ਮੈਂ ਤੁਹਾਨੂੰ ਧਰਤੀ ਦੀਆਂ ਗੱਲਾਂ ਦੱਸੀਆਂ ਤੁਸੀਂ ਯਕੀਨ ਨਹੀਂ ਕੀਤਾ ਧਰਤੀ ਦੀਆਂ ਗੱਲਾਂ ਪ੍ਰਭੂ ਕਿਹੜੀਆਂ ਕਰਦਾ ਸੀ ਧਰਤੀ ਦੀਆਂ ਗੱਲਾਂ ਦਾ ਭਾਵ ਆ ਉਤਪਤੀ ਦੀ ਕਿਤਾਬ ਬਾਰੇ ਪ੍ਰਭੂ ਵੀ ਧਰਤੀ ਦੀ ਉਤਪਤ ਕਿੱਦਾਂ ਹੋਈ ਸੀ ਪਰਮੇਸ਼ਵਰ ਇਹ ਯਿਸੂ ਮਸੀਹ ਬਾਈਬਲ ਨੂੰ ਸਿਖਾ ਰਿਹਾ ਸੀ ਉੱਥੇ ਪਦਾਇਸ਼ ਦੀ ਕਿਤਾਬ ਨੂੰ ਬੁੱਕ ਆਫ ਜੈਨਸਿਸ ਦਾ ਚੈਪਟਰ ਚੱਲ ਰਿਹਾ ਸੀ ਪ੍ਰਭੂ ਯਿਸੂ ਮਸੀਹ ਬੋਲ ਕੇ ਸੁਣਾ ਰਹੇ ਸੀ ਉਹਨਾਂ ਨੂੰ ਸਿਖਾ ਰਹੇ ਸੀ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਯਿਸੂ ਮਸੀਹ ਨੇ ਤਾਂ ਇਹ ਵੀ ਕਿਹਾ ਟੈਂਪਲ 'ਚ ਜਾ ਕੇ ਮੈਂ ਅਬਰਾਹਮ ਤੋਂ ਪਹਿਲਾਂ ਹਾਂ ਹਾਲੇਲੂਇਆ ਤੇ ਯਿਸੂ ਮਸੀਹ ਉੱਥੇ ਕਲਾਮ ਸੁਣਾ ਰਹੇ ਆ ਕਿਹੜੇ ਵਿੱਚੋਂ ਪੁਰਾਣੇ ਨੇਮ ਦੇ ਵਿੱਚੋਂ ਤੁਹਾਨੂੰ ਪਤਾ ਯਿਸੂ ਮਸੀਹ ਜਦੋਂ ਧਰਤੀ ਦੇ ਉੱਤੇ ਸੀਗੇ ਉਹ ਸਾਰੇ ਰੈਫਰੈਂਸ ਕਿਹਨਾਂ ਵਿੱਚੋਂ ਦਿੰਦੇ ਸੀਗੇ ਬੋਲੋ ਬੋਲੋ ਪੁਰਾਣੇ ਨੇਮ ਦੇ ਵਿੱਚੋਂ ਪੈਲੂਸ ਨੇ ਪੁਰਾਣੇ ਨੇਮ ਦੇ ਵਿੱਚੋਂ ਪਤਰਸ ਨੇ ਪੁਰਾਣੇ ਨੇਮ ਦੇ ਵਿੱਚੋਂ ਯੂਹੰਨਾ ਨੇ ਪੁਰਾਣੇ ਨੇਮ ਵਿੱਚੋਂ ਯੂਦਾ ਨੇ ਪੁਰਾਣੇ ਨੇਮ ਵਿੱਚੋਂ ਰੈਫਰੈਂਸ ਦਿੱਤੇ ਹੋਏ ਨੇ ਨਵੇਂ ਨੇਮ ਦੇ ਵਿੱਚ 200 ਵਾਰੀ ਰੈਫਰੈਂਸ ਦਿੱਤਾ ਗਿਆ ਇਹ ਨਵੇਂ ਨੇਮ ਦੇ ਵਿੱਚ ਪੁਰਾਣੇ ਨੇਮ ਦਾ ਤੇ ਤੁਸੀਂ ਇਹ ਪਰਮੇਸ਼ਵਰ ਨੂੰ ਜਾਣਨਾ ਹੈ ਨਾ ਪੁਰਾਣਾ ਨੇਮ ਪੜ੍ਹਨਾ ਸ਼ੁਰੂ ਕਰੋ ਮੈਂ ਨਹੀਂ ਕਹਿੰਦਾ ਨਵਾਂ ਨਹੀਂ ਪੜ੍ਹਨਾ ਸਵੇਰ ਨੂੰ ਪੁਰਾਣਾ ਪੜ੍ਹੋ ਰਾਤ ਨੂੰ ਸੌਣ ਤੋਂ ਪਹਿਲਾਂ ਨਵਾਂ ਨੇਮ ਪੜ੍ਹੋ ਟਾਡੀ ਦੇਖੋ ਡਬਲ ਬਾਈਬਲ ਕੰਪਲੀਟ ਹੋਵੇਗੀ ਨਾਲੇ ਪੁਰਾਣਾ ਨੇਮ ਕੰਪਲੀਟ ਹੋਵੇਗਾ ਨਾਲ ਹੀ ਨਵਾਂ ਨੇਮ ਸਵੇਰ ਨੂੰ ਪੁਰਾਣਾ ਰਾਤ ਨੂੰ ਨਵਾਂ ਪੜ੍ਹੋ ਇੱਕ ਚੈਪਟਰ ਸਵੇਰ ਨੂੰ ਪੜ੍ਹ ਲਿਆ ਪੁਰਾਣੇ ਦਾ ਇੱਕ ਚੈਪਟਰ ਰਾਤ ਨੂੰ ਪੜ੍ਹ ਲਿਆ ਨਵੇਂ ਦਾ ਜੇ ਤੁਸੀਂ ਪਰਮੇਸ਼ਵਰ ਨੂੰ ਜਾਣਨਾ ਵਾ ਤਾਂ ਯਿਸੂ ਮਸੀਹ ਕਹਿੰਦੇ ਮੈਂ ਵਿਵਸਥਾ ਨੂੰ ਪੂਰਾ ਕਰਨ ਧਰਤੀ ਉੱਤੇ ਆਇਆ ਵਾਂ ਪਰਮੇਸ਼ਵਰ ਨੂੰ ਜਾਣਨਾ ਵਾ ਤਾਂ ਨਵੇਂ ਨੇਮ ਨੂੰ ਛੱਡ ਕੇ ਪੁਰਾਣੇ ਨੇਮ ਨੂੰ ਪੜ੍ਹਨਾ ਸ਼ੁਰੂ ਕਰੀਏ ਨਵੇਂ ਨੇਮ ਨੂੰ ਵੀ ਪੜ੍ਹੋ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਮਿਲੂਗੀ ਯਿਸੂ ਮਸੀਹ ਦੀ ਤੁਹਾਨੂੰ ਰਾਸਤਾ ਦਿਸੇਗਾ ਪੁਰਾਣੇ ਨੇਮ ਵਿੱਚ ਰਾਸਤਾ ਤਿਆਰ ਕਿੱਦਾਂ ਕੀਤਾ ਗਿਆ ਜਿੱਦਾਂ ਤੁਹਾਡੇ ਘਰਾਂ ਨੂੰ ਸੜਕਾਂ ਪਹੁੰਚੀਆਂ ਨੇ ਉਹਦੇ ਬਾਰੇ ਜਾਣਕਾਰੀ ਲੈਣ ਲਈ ਪਿੱਛੇ ਜਾਣਾ ਪੈਣਾ ਹੈ ਕਿੱਦਾਂ ਪਹਿਲਾਂ ਕੱਚੇ ਰਾਹ ਹੁੰਦੇ ਟਿੱਬੇ ਹੁੰਦੇ ਰੰਬਲ ਹੁੰਦੀ ਸੀ ਹੁਣ ਕਿੱਦਾਂ ਸੜਕ ਬਣੀ ਉੱਥੇ ਯਿਸੂ ਮਸੀਹ ਕਹਿੰਦਾ ਮੈਂ ਰਾਸਤਾ ਵਾਂ ਤੁਹਾਨੂੰ ਪਤਾ ਲੱਗਣਾ ਨਵੇਂ ਨੇਮ ਵਿੱਚ ਰਾਸਤਾ ਕਿੱਦਾਂ ਤਿਆਰ ਕੀਤਾ ਗਿਆ ਪੁਰਾਣੇ ਨੇਮ ਦੇ ਵਿੱਚ ਕਿੱਦਾਂ ਰਾਸਤਾ ਤਿਆਰ ਕੀਤਾ ਗਿਆ ਤੇ ਅੱਜ ਅਸੀਂ ਪੁਰਾਣਾ ਨੇਮ ਤਾਂ ਪੜ੍ਹਦੇ ਨਹੀਂ ਤੁਹਾਨੂੰ ਬੋਰਿੰਗ ਲੱਗਦਾ ਹੈ ਉਤਪਤੀ ਦੇ ਵਿੱਚ 50 ਚੈਪਟਰ ਨੇ ਟੋਟਲ ਕਿੰਨੇ ਚੈਪਟਰ ਨੇ 50 ਚੈਪਟਰ ਨੇ ਤੇ ਦੋ ਦੁਨੀਆਂ ਨੇ ਉੱਥੇ ਦੇਖਣ ਨੂੰ ਮਿਲਦੀਆਂ ਇੱਕ ਤੋਂ ਲੈ ਕੇ 11 ਤੱਕ ਪਹਿਲੀ ਦੁਨੀਆਂ ਮਿਲਦੀ ਜਿਹੜੀ ਪਰਮੇਸ਼ਵਰ ਨੇ ਆਪਣੇ ਹੱਥਾਂ ਨਾਲ ਬਣਾਈ ਨੂਹ ਨਬੀ ਤੱਕ 11ਵੇਂ ਚੈਪਟਰ ਤੱਕ ਤਬਾਹ ਫਿਰ ਕਿਹੜੀ ਮਿਲਦੀ ਦੂਸਰੀ ਦੁਨੀਆਂ 12 ਤੋਂ ਲੈ ਕੇ 50ਵੇਂ ਚੈਪਟਰ ਤੱਕ ਗੁਲਾਮੀ ਤੱਕ
ਤੁਹਾਨੂੰ ਉੱਥੇ ਪਰਮੇਸ਼ਵਰ ਦੇ ਬਾਰੇ ਜਾਣਕਾਰੀ ਮਿਲਦੀ ਆ ਵੀ ਪਰਮੇਸ਼ਵਰ ਕੌਣ ਆ। ਜਦ ਤੱਕ ਤੁਸੀਂ ਪਰਮੇਸ਼ਵਰ ਨੂੰ ਸਮਝੋਗੇ ਨਹੀਂ, ਜਦ ਤੱਕ ਤੁਸੀਂ ਪਰਮੇਸ਼ਵਰ ਨੂੰ ਜਾਣੋਗੇ ਨਹੀਂ ਤਾਂ ਪ੍ਰਾਰਥਨਾ ਕਿਹਦੇ ਅੱਗੇ ਕਰੋਗੇ ਬਈ? ਹੈਲੋ, ਕਿਉਂ ਜੀ ਹਿੰਦਪਾਲ ਜੀ? ਜਦ ਤੱਕ ਪਰਮੇਸ਼ਵਰ ਨੂੰ ਜਾਣਦੇ ਨਹੀਂ ਅਸੀਂ ਤਾਂ ਦੁਆ ਕਿੱਦਾਂ ਉਹਦੇ ਮੂਹਰੇ ਕਰਾਂਗੇ? ਰਸੂਲਾਂ ਦੇ ਵਿੱਚ ਇੱਕ ਖੂਬੀ ਸੀ, ਹੈਲੋ, ਰਸੂਲਾਂ ਦੇ ਵਿੱਚ ਇੱਕ, ਉਹ ਪਰਮੇਸ਼ਵਰ ਨੂੰ ਜਾਣਦੇ ਸੀ, ਜਾਣ ਗਏ ਸੀ ਤੇ ਜਾਣਦੇ ਸੀ। ਅੱਜ ਤੱਕ ਅਸੀਂ ਪਰਮੇਸ਼ਵਰ ਨੂੰ ਜਾਣਦੇ ਨਹੀਂ। ਪਹਿਲਾ ਚੈਪਟਰ ਪਰਮੇਸ਼ਵਰ ਦੇ ਬਾਰੇ ਆ, ਜੈਨਸਿਸ ਦੇ ਵਿੱਚ ਪਹਿਲਾ ਚੈਪਟਰ ਪਰਮੇਸ਼ਵਰ ਦੇ ਬਾਰੇ। ਤੁਹਾਨੂੰ ਪਤਾ ਲੱਗੇਗਾ ਵੀ ਪਰਮੇਸ਼ਵਰ ਨੇ ਕੀ ਕੁਝ ਬਣਾਇਆ, ਕੀ ਕੁਝ ਕੀਤਾ ਹੈ, ਤਾਂ ਹੀ ਤੁਹਾਨੂੰ ਪਤਾ ਲੱਗੂ, ਤੁਹਾਨੂੰ ਪਰਮੇਸ਼ਵਰ ਦੀ ਪਾਵਰ ਦਾ ਪਤਾ ਲੱਗੂਗਾ ਵੀ ਜਿਹਦੀ ਤੁਸੀਂ ਉਪਾਸਨਾ ਕਰਦੇ ਹੋ, ਜਿਹਦੀ ਭਗਤੀ ਕਰਦੇ ਹੋ, ਤੁਹਾਨੂੰ ਉਹਦੇ ਬਾਰੇ ਤਦੇ ਪਤਾ ਲੱਗੂਗਾ। ਯਿਸੂ ਮਸੀਹ ਨੇ ਤਾਂ ਖੁਦ ਕਿਹਾ, ਮੇਰਾ ਨਾਮ ਲੈ ਕੇ ਪਿਤਾ ਤੋਂ ਜੋ ਮੰਗੂਗੇ, ਮੰਗਣਾ ਕਿਹਦੇ ਤੋਂ? ਪਿਤਾ ਤੋਂ। ਮੇਰਾ ਨਾਮ ਲੈ ਕੇ ਜੋ ਪਿਤਾ ਤੋਂ ਮੰਗੂਗੇ, ਮੇਰਾ ਪਿਤਾ ਤੁਹਾਡੇ ਲਈ ਉਹ, ਹਾਲੇਲੂਇਆ। ਪਰ ਪਤਾ ਤਾਂ ਹੋਵੇ ਪਰਮੇਸ਼ਵਰ ਦੇ ਬਾਰੇ। ਯਿਸੂ ਮਸੀਹ ਨੇ ਤਾਂ ਖੁਦ ਧਰਤੀ ਉੱਤੇ ਆ ਕੇ ਕਿਹਾ, ਪਿਤਾ ਮੈਂ ਤੇਰੀ ਇੱਛਾ ਨੂੰ ਧਰਤੀ ਉੱਤੇ, ਤੇਰੀ ਮਰਜ਼ੀ ਨੂੰ ਧਰਤੀ ਉੱਤੇ। ਸਾਨੂੰ ਪਤਾ ਹੀ ਨਹੀਂ ਪਰਮੇਸ਼ਵਰ ਜੀ ਦੇ ਬਾਰੇ। ਪਤਾ ਕਰਨ ਲਈ ਤੁਹਾਨੂੰ ਓਲਡ ਟੈਸਟਾਮੈਂਟ ਵਿੱਚ ਜਾਣਾ ਪੈਣਾ ਹੈ, ਪੜ੍ਹਨਾ ਪੈਣਾ ਹੈ। ਜਿਹੜਾ ਓਲਡ ਟੈਸਟਾਮੈਂਟ ਹੈ ਨਾ, ਉਹਦੇ 'ਚ 43 ਰਾਜਿਆਂ ਦੇ ਬਾਰੇ ਲਿਖਿਆ ਹੋਇਆ। ਕਿੰਨੇ ਰਾਜੇ ਨੇ? 43। ਤੇ ਪੁਰਾਣੇ ਨੇਮ ਵਿੱਚ ਕਿੰਨੇ ਨਬੀ ਨੇ? 17। ਕਿੰਨੇ ਨਬੀ ਨੇ? 17 ਨਬੀ ਨੇ। 43 ਰਾਜੇ ਨੇ, ਕਿੰਗ ਜਿਹੜੇ ਨੇ ਟੋਟਲ, 17 ਨਬੀ ਨੇ ਉਹਦੇ ਵਿੱਚ। ਫਿਰ ਇਤਿਹਾਸ ਦੀਆਂ ਕਿਤਾਬਾਂ ਨੇ ਕੁਝ, ਫਿਰ ਭਜਨ ਜ਼ਬੂਰ ਨੇ ਉਹਦੇ ਵਿੱਚ, ਸ੍ਰੇਸ਼ਟ ਗੀਤ, ਕਹੋਤਾ, ਜ਼ਬੂਰਾਂ ਦੀ ਪੋਥੀ। ਜਦ ਤੱਕ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਣੋਗੇ ਨਹੀਂ, ਤੁਸੀਂ ਪ੍ਰਾਰਥਨਾ 'ਚ ਸਫਲ ਨਹੀਂ ਹੋ ਸਕਦੇ। ਤੁਹਾਨੂੰ ਪਤਾ ਹੀ ਨਹੀਂ ਦੁਆ ਕਰਨੀ ਕਿਹਦੇ ਅੱਗੇ ਆ। ਉਹ ਕਰਦਾ ਜੀ ਮੈਂ ਵੀ ਕਰੀ ਜਾਂਦਾ। ਹੁਣ ਨਵਾਂ ਬੰਦਾ ਆਇਆ, ਉਹਨੂੰ ਮਿਲਾਉਂਦੇ ਹੋ ਕਿ ਨਹੀਂ? ਆਹ ਸਾਡਾ ਬਾਊ ਆ ਜੀ, ਇਹਨੂੰ ਮਿਲੋ, ਇਹ ਸਾਡਾ ਸਾਹਿਬ ਆ, ਇਹ ਸਾਡਾ ਸਰ ਆ। ਸਰ ਜੀ ਇਹ ਨਵਾਂ ਪਰਸਨ ਆਇਆ, ਇਹ ਜੋਬ ਚਾਹੁੰਦਾ, ਇਹ ਜੋਬ 'ਤੇ ਲੱਗਣਾ। ਫਿਰ ਤੁਸੀਂ ਨਵੇਂ ਬੰਦੇ ਨੂੰ ਮਿਲਾਉਂਦੇ ਹੋ ਕਿ ਨਹੀਂ ਮਿਲਾਉਂਦੇ? ਉਹਨੂੰ ਬਾਊ ਬਾਰੇ, ਸਾਹਿਬ ਬਾਰੇ, ਸਰ ਬਾਰੇ ਜਾਣਕਾਰੀ ਦਿੰਦੇ ਹੋ, ਸਾਡਾ ਸਾਹਿਬ ਇੱਦਾਂ ਵਾ ਜੀ, ਸਾਡਾ ਸਰ ਇੱਦਾਂ ਵਾ ਜੀ, ਸਾਡੀ ਮੈਡਮ ਇੱਦਾਂ, ਸਾਡੀ ਟੀਚਰ ਇੱਦਾਂ। ਪਰਮੇਸ਼ਵਰ ਬਾਰੇ ਵੀ ਜਾਣਕਾਰੀ ਤਦੇ ਮਿਲਣੀ ਜੇ ਪੁਰਾਣਾ ਨੇਮ ਪੜੂੰਗੇ। ਯਿਸੂ ਮਸੀਹ ਖੁਦ ਕਹਿ ਰਿਹਾ ਹੈ ਨਿਕੋਦਮਸ ਨੂੰ, ਕਹਿੰਦਾ ਮੈਂ ਤੁਹਾਨੂੰ ਧਰਤੀ ਦੀਆਂ ਗੱਲਾਂ ਸੁਣਾਈਆਂ ਤਾਂ ਤੁਸੀਂ ਯਕੀਨ ਨਹੀਂ ਕੀਤਾ, ਸਵਰਗ ਦੀਆਂ ਤਾਂ ਕਿੱਥੋਂ ਕਰ ਲੂੰਗੇ, ਸਵਰਗ ਦੀਆਂ ਗੱਲਾਂ ਤੇ ਕਿੱਥੋਂ ਯਕੀਨ ਕਰ ਲੂੰਗੇ। ਜਦੋਂ ਯਿਸੂ ਮਸੀਹ ਸਵਰਗ 'ਚ ਦੱਸੂਗਾ ਵੀ ਸਵਰਗ ਦੇ ਵਿੱਚ ਫਰਿਸ਼ਤੇ ਨੇ, ਇੰਨੇ ਇੰਨੇ ਪਰ ਨੇ, 2 ਪਰ, 4 ਪਰ, 6 ਪਰ ਵਾਲੇ ਨੇ, ਇੱਕ ਫਰਿਸ਼ਤਾ ਉਹਦੀ ਅੱਖਾਂ ਹੀ ਅੱਖਾਂ ਲੱਗੀਆਂ ਹੋਈਆਂ ਨੇ, ਇੱਕ ਫਰਿਸ਼ਤਾ ਉਹਦੇ 4 ਮੂੰਹ ਨੇ, ਕਿੱਥੋਂ ਯਕੀਨ ਕਰ ਲੂਗੇ? ਉਹ ਧਰਤੀ ਦੀਆਂ ਗੱਲਾਂ ਤੇ ਯਕੀਨ ਨਹੀਂ ਕੀਤਾ। ਧਰਤੀ ਦੀਆਂ ਗੱਲਾਂ ਤੇ ਯਕੀਨ ਕਰਨ ਲਈ ਪੁਰਾਣਾ ਨੇਮ ਪੜ੍ਹੀਏ, ਪਰਮੇਸ਼ਵਰ ਨੂੰ ਜਾਣਨ ਲਈ, ਪਰਮੇਸ਼ਵਰ ਦੀ ਪਾਵਰ ਨੂੰ ਵੇਖਣ ਲਈ। ਤੁਹਾਨੂੰ ਪਤਾ ਲੱਗ ਜਾਏਗਾ ਪਰਮੇਸ਼ਵਰ ਦੀ ਸਮਰੱਥ ਕਿੰਨੀ ਆ, ਜਿਹਦੀ ਤੁਸੀਂ ਭਗਤੀ ਕਰਦੇ ਹੋ,
ਐਵੇਂ ਛੋਟੇ ਜਿਹੇ ਬੁਖਾਰ ਦਾ ਕਰਕੇ ਤੁਸੀਂ ਚੀਕਾਂ ਮਾਰਨ ਲੱਗ ਪੈਂਦੇ ਹੋ, ਹਾਏ ਟਾਈਫਾਇਡ ਹੋ ਗਿਆ, ਇਨਫੈਕਸ਼ਨ ਹੋ ਗਈ, ਚੀਕ ਝੇੜਾ ਪਾ ਲੈਂਦੇ ਹੋ। ਬਾਈਬਲ ਚ ਪੜ੍ਹੀਏ, ਪਰਮੇਸ਼ਵਰ ਦੀ ਪਾਵਰ ਪਤਾ ਲੱਗੇਗੀ, ਖੁਦਾ ਦੀ ਸਮਰਥ ਪਤਾ ਲੱਗੇਗੀ। ਜਿਹੜਾ ਪਰਮੇਸ਼ਵਰ ਹੱਡੀਆਂ ਤੇ ਮਾਸ ਚੜਾ ਸਕਦਾ ਹੈ, ਹੱਡੀਆਂ ਤੇ ਨਸਾਂ ਚੜਾ ਸਕਦਾ ਹੈ, ਜਿਹੜਾ ਪਰਮੇਸ਼ਵਰ ਹੱਡੀਆਂ ਚ ਜਾਨ ਪਾ ਸਕਦਾ ਹੈ। ਹਾਲੇਲੂਯਾ! ਉਹ ਪਰਮੇਸ਼ਵਰ ਦੀ ਪਾਵਰ ਬਾਰੇ ਤੁਹਾਨੂੰ ਪਤਾ ਲੱਗੇਗਾ ਵੀ ਪਰਮੇਸ਼ਵਰ ਕਿੰਨਾ ਪਾਵਰਫੁਲ ਹੈ, ਕਿੱਡੀ ਜ਼ਬਰਦਸਤ ਉਹਦੀ ਪਾਵਰ ਹੈ। ਖੁਦਾ ਯਹਵਾ ਪਰਮੇਸ਼ਵਰ ਆਪਣੇ ਲੋਕਾਂ ਤੇ ਕਿੱਦਾਂ ਜ਼ਾਹਰ ਕਰਦਾ ਈ ਪਾਵਰ ਨੂੰ। ਤੁਹਾਡੀ ਫਿਰ ਦੁਆ ਸੁਣੀ ਜਾਂਦੀ ਏ ਜਦ ਤੱਕ ਤੁਹਾਨੂੰ ਪਤਾ ਹੀ ਨਹੀਂ। ਪੈਲੂਸ ਚਲਾ ਗਿਆ ਐਥਨਸ ਦੇ ਵਿੱਚ, ਗ੍ਰੀਸ ਦੇ ਵਿੱਚ, ਗ੍ਰੀਸ ਕੰਟਰੀ ਚ ਗਿਆ। ਮੈਂ ਵੀ ਉਸ ਜਗ੍ਹਾ ਤੇ ਜਾ ਕੇ ਆਈ, ਮੀਟਿੰਗ ਕਰਕੇ ਆਈ ਐਥਨ ਸ਼ਹਿਰ ਦੇ ਵਿੱਚ। ਇਹ ਰਸੂਲਾਂ ਦੇ ਕਰਤੱਵ ਵਿੱਚ ਲਿਖਿਆ ਹੋਇਆ ਹੈ। ਐਥਨ ਸ਼ਹਿਰ ਦੇ ਵਿੱਚ ਗਿਆ, ਉੱਥੇ 12 ਦੇਵਤਿਆਂ ਦੀਆਂ ਮੂਰਤੀਆਂ ਲੱਗੀਆਂ, 13 ਦੀ ਹੈਣੀ। ਤੇ ਉਹਨੇ ਪੁੱਛਿਆ ਤੁਸੀਂ ਇਹਨੂੰ ਜਾਣਦੇ ਹੋ? ਉਹਦਾ ਨਾਮ ਰੱਖਿਆ ਸੀ ਅਣਪਛਾਣਤ ਦੇਵਤਾ। ਕੀ ਨਾਮ ਸੀ? ਅਣਪਛਾਤਾ ਦੇਵਤਾ, ਵੀ ਮਤਲਬ ਇਹਨੂੰ ਜਾਣਦੇ ਨਹੀਂ ਪਰ ਦੇਵਤਾ। ਫਿਰ ਪੈਲੂਸ ਕਹਿੰਦਾ ਮੈਂ ਤੁਹਾਨੂੰ ਦੱਸਦਾ ਇਸ ਅਣਪਛਾਣਤ ਦੇਵਤੇ ਦੇ ਬਾਰੇ। ਫਿਰ ਉਹਨੇ ਯਿਸੂ ਮਸੀਹ ਦੀ ਪਾਵਰ, ਪਰਮੇਸ਼ਵਰ ਦੀ ਪਾਵਰ, ਉਹਨੇ ਪੁਰਾਣਾ ਨੇਮ ਉਤਪਤੀ ਤੋਂ ਲੈ ਕੇ ਸਾਰਾ ਸੁਣਾ ਦਿੱਤਾ ਤੇ ਉਹ ਲੋਕ ਹੈਰਾਨ ਹੋ ਗਏ। ਉੱਥੇ ਤੱਕ ਲਿਖਿਆ ਉੱਥੇ ਦੇ ਜਿਹੜੇ ਮੰਦਰ ਦੇ ਪੁਜਾਰੀ ਸੀ ਉਹਨਾਂ ਨੇ ਵੀ ਕੀ ਕਰ ਲਈ? ਵਿਸ਼ਵਾਸ ਤੇ ਤੌਬਾ ਕਰ ਲਈ। ਹਾਲੇਲੂਇਆ! ਹਾਲੇਲੂਇਆ! ਪਰਮੇਸ਼ਵਰ ਦੀ ਪਾਵਰ ਨੂੰ ਜਦੋਂ ਸਮਝਿਆ ਉਹਨਾਂ ਲੋਕਾਂ ਨੇ, ਖੁਦਾ ਦੀ ਪਾਵਰ ਨੂੰ, ਪਰਮੇਸ਼ਵਰ ਨੂੰ ਜਾਣਨ ਲਈ ਤੁਹਾਨੂੰ ਪੁਰਾਣਾ ਨੇਮ ਪੜ੍ਹਨਾ ਹੀ ਪੈਣਾ ਹੈ। ਨਵੇਂ ਨੇਮ ਤੇ ਯਿਸੂ ਮਸੀਹ ਜੀ ਦੇ ਬਾਰੇ ਪਤਾ ਲੱਗਦਾ ਹੀ ਆ, ਪਰ ਯਿਸੂ ਮਸੀਹ ਨੂੰ ਭੇਜਿਆ ਉਹ ਰਾਸਤਾ ਜਿਹੜਾ ਤਿਆਰ ਹੋਇਆ ਹੈ ਉਹਦੇ ਬਾਰੇ ਵੀ ਪਤਾ ਕਰਨਾ ਜ਼ਰੂਰੀ ਆ ਵੀ ਕਿੱਦਾਂ ਪਾਪ ਵਿੱਚ ਫਸੇ, ਕਿੱਦਾਂ ਬਾਹਰ ਆਏ, ਕਿੱਦਾਂ ਪਰਮੇਸ਼ਵਰ ਯਿਸੂ ਮਸੀਹ ਨੇ ਇਹ ਰਾਸਤਾ ਤਿਆਰ ਕੀਤਾ। ਖੁਦਾਵੰਦ ਨੇ ਕਿਉਂ ਸਾਡੇ ਲਈ ਯਿਸੂ ਮਸੀਹ ਨੂੰ ਭੇਜਿਆ ਗਿਆ, ਇਹਦੇ ਲਈ ਵੀ ਬੜੀ ਨੌਲੇਜ ਰੱਖਣੀ ਜ਼ਰੂਰੀ ਹੈ। ਜੇ ਦੁਆ ਕਰਦੇ ਹੋ ਨਾ ਅੱਜ ਪਰਮੇਸ਼ਵਰ ਦੇ ਅੱਗੇ, ਯਿਸੂ ਮਸੀਹ ਦੇ ਅੱਗੇ, ਪਹਿਲਾਂ ਪਤਾ ਤਾਂ ਕਰੋ ਜਿਹਦੇ ਅੱਗੇ ਦੁਆ ਕਰਦੇ ਉਹਦੀ ਪਾਵਰ ਕਿੰਨੀ ਆ, ਉਹ ਪਰਮੇਸ਼ਵਰ ਕਿੰਨਾ ਮਹਾਨ ਆ, ਉਹ ਪੈਰ ਜਿਹੜਾ ਪਰਮੇਸ਼ਵਰ ਦਾ ਨਾ ਧਰਤੀ ਤੇ ਵੀ ਪੂਰਾ ਨਹੀਂ ਆਉਂਦਾ। ਪੈਰ ਵੀ ਪਰਮੇਸ਼ਵਰ ਦੇ ਪੈਰਾਂ ਦੇ ਥੱਲੇ ਇੰਨੀ ਕੁ ਧਰਤੀ ਗੇਂਦ ਦੀ ਤਰ੍ਹਾਂ ਹੋਣੀ ਛੋਟੀ ਜੀ। ਸਿੰਘਾਸਨ ਉਹਦਾ ਅਸਮਾਨਾਂ 'ਚ ਸਵਰਗਾਂ 'ਚ ਲੱਗਦਾ ਹੈ। ਪਾਵਰ ਨੂੰ ਜਾਣੀਏ ਪਰਮੇਸ਼ਵਰ ਦੀ। ਅੱਜ ਤੋਂ ਨਾ ਇੱਕ ਸ਼ੁਰੂਆਤ ਕਰੋ, ਸਟਾਰਟਿੰਗ ਤੋਂ ਜੈਨਸਿਸ ਪੜ੍ਹਨੀ ਸ਼ੁਰੂ ਕਰੋ, ਉਤਪਤੀ ਦੀ ਕਿਤਾਬ ਪੜ੍ਹਨੀ ਸ਼ੁਰੂ ਕਰੋ। ਜਦੋਂ ਤੁਸੀਂ ਪੜ੍ਹ ਕੇ ਦੁਆ ਕਰੋਗੇ ਤੁਹਾਨੂੰ ਪਤਾ ਲੱਗੂ ਤੂੰ ਪਰਮੇਸ਼ਵਰ ਯਹੋਵਾ ਬੋਲਦਾ ਸੀ ਤਾਂ ਸੂਰਜ ਬਣ ਗਿਆ, ਬੋਲਿਆ ਆਕਾਸ਼ ਬਣ ਗਿਆ, ਬੋਲਿਆ ਮਛਲੀਆਂ ਬਣ ਗਈਆਂ। ਪਰਮੇਸ਼ਵਰ ਜੀ ਅੱਜ ਮੇਰੇ ਜੀਵਨ ਲਈ ਬੋਲ, ਮੇਰਾ ਜੀਵਨ ਬਣ ਜਾਵੇ, ਮੇਰੇ ਲਈ ਬੋਲ, ਮੇਰੀ ਜ਼ਿੰਦਗੀ ਬਦਲ ਜਾਵੇ, ਮੇਰੇ ਪਰਿਵਾਰ ਲਈ ਬੋਲ, ਮੇਰਾ ਪਰਿਵਾਰ ਬਣ ਜਾਵੇ, ਬਣ ਜਾਵੇ, ਬਣ ਜਾਵੇ। ਹਾਲੇਲੂਇਆ! ਹਾਲੇਲੂਇਆ! ਪੜੂੰਗੇ ਤਾਂ ਪਾਵਰ ਬਾਰੇ ਸਮਝੂਗੇ, ਆਦਮ ਦੇ ਬਾਰੇ, ਨੂਹ ਦੇ ਬਾਰੇ, ਅਬਰਾਹਮ ਦੇ ਬਾਰੇ, ਮੂਸਾ ਦੇ ਬਾਰੇ, ਯੂਸਫ ਦੇ ਬਾਰੇ, ਉਹਦੇ 12 ਜਿਹੜੇ ਜੋਥਲੇ ਸੀਗੇ ਕਾਨੂੰਨ ਉਹਨਾਂ ਦੇ ਬਾਰੇ, ਨਬੀਆਂ ਦੇ ਬਾਰੇ, ਰਾਜਿਆਂ ਦੇ ਬਾਰੇ, ਪਰਮੇਸ਼ੁਰ ਕਿੱਦਾਂ ਕੰਮ ਕਰਦਾ ਸੀ, ਕਿਸ ਤਰੀਕੇ ਨਾਲ, ਰੀਤੀ ਨਾਲ ਪਰਮੇਸ਼ੁਰ ਪਾਵਰ ਦਿੰਦਾ ਸੀ। ਗਦਿਓਨ ਨੂੰ ਚੁਣ ਲਿਆ,
ਛਿੱਟੇ ਝਾੜਨ ਡਿਆ ਚੜੇ ਵਿੱਚ ਬੈਠਾ ਤਾਂ ਪਰਮੇਸ਼ਵਰ ਦਾ ਫਰਿਸ਼ਤਾ ਚੜੇ ਦੇ ਕੋਲ ਆ ਕੇ ਖੜਾ ਹੋ ਗਿਆ। ਸਮਸੂਨ ਦੇ ਬਾਰੇ ਇਹ ਪਰਮੇਸ਼ਵਰ ਦੀ ਪਾਵਰ ਬਾਰੇ ਤੁਹਾਨੂੰ ਪਤਾ ਲੱਗਦਾ ਹੈ? ਜਦੋਂ ਪੜ੍ਹਨਾ ਹੀ ਨਹੀਂ ਤਾਂ ਪਾਵਰ ਦਾ ਪਤਾ ਕਿੱਦਾਂ ਲੱਗੇਗਾ? ਕਿੱਦਾਂ ਦੁਆ ਕਰਾਂਗੇ? ਤੁਹਾਡੀ ਦੁਆ ਕਿਉਂ ਨਹੀਂ ਪਾਵਰਫੁਲ? ਕਿਉਂਕਿ ਤੁਸੀਂ ਸਮਝਦੇ ਨਹੀਂ ਪਰਮੇਸ਼ਵਰ ਨੂੰ। ਜਦੋਂ ਪਰਮੇਸ਼ਵਰ ਦੇ ਬਾਰੇ ਜਾਣ ਗਿਆ ਨਾ, ਤੁਹਾਡੀ ਦੁਆ ਪਾਵਰਫੁਲ ਹੋ ਜਾਊਗੀ। ਮੇਰਾ ਉਹ ਪਰਮੇਸ਼ਵਰ ਆ ਜਿਹੜਾ ਸ਼ੈਤਾਨ ਨੂੰ ਸਵਰਗ ਦੇ ਵਿੱਚੋਂ ਸਿੱਟਣ ਦੀ ਤਾਕਤ ਰੱਖਦਾ ਹੈ। ਮੇਰਾ ਇਮਾਨ ਆ ਅੱਜ ਮੇਰੇ ਘਰ ਚੋਂ ਵੀ ਬਾਹਰ ਕੱਢ ਕੇ ਸਿੱਟੇਗਾ। ਹਾਲੇਲੂਇਆ, ਹਾਲੇਲੂਇਆ। ਤੁਸੀਂ ਸਮਝਿਆ ਹੀ ਨਹੀਂ ਪਰਮੇਸ਼ਵਰ ਨੂੰ, ਫਿਰ ਤੁਸੀਂ ਸਮਝਦੇ ਹੋ ਬਸ ਫੋੜੇ ਫਿਰਸਰੀਆਂ ਠੀਕ ਕਰਦਾ ਪ੍ਰਭੂ, ਅੱਖਾਂ ਠੀਕ ਕਰਤੀਆਂ, ਕੰਨ ਠੀਕ ਕਰਤੇ, ਮੂੰਹ ਠੀਕ ਕਰਤਾ, ਬੁਖਾਰ ਠੀਕ ਕਰਤਾ, ਇੰਨਾ ਕੁ ਸਮਝਦੇ ਹੋ ਪਰਮੇਸ਼ਵਰ ਨੂੰ? ਪਰਮੇਸ਼ਵਰ ਦੀ ਪਾਵਰ ਨੂੰ ਸਮਝੀਏ ਵੀ ਹੱਥ ਚੱਕ ਦਈਏ, ਦੁਆ ਕਰ ਦਈਏ, ਸੂਰਜ ਰੁਕ ਜਾਂਦਾ ਹੈ। ਪਾਵਰ ਪਰਮੇਸ਼ਵਰ ਦੀ। ਸਭਾ ਦਾ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ ਪਾਵਰ ਨੂੰ ਸਮਝਣਾ ਹੈ ਪਰਮੇਸ਼ਵਰ ਦੇ ਬਾਰੇ ਜੇ ਜਾਣਨਾ ਹੈ। ਨਵਾਂ ਨੇਮ ਛੱਡ ਕੇ ਪੁਰਾਣਾ ਨੇਮ ਪੜ੍ਹਨਾ ਹੈ, ਨਵਾਂ ਨੇਮ ਵੀ ਪੜ੍ਹਨਾ ਹੈ। ਇਹ ਨਹੀਂ ਮੈਂ ਕਹਿ ਰਿਹਾ ਨਹੀਂ ਪੜ੍ਹਨਾ, ਪੜ੍ਹਨਾ ਹੈ। ਕਈਆਂ ਨੇ ਸ਼ੁਰੂਆਤ ਹੀ ਨਵੇਂ ਨੇਮ ਤੋਂ ਕੀਤੀ ਹੋਈ ਹੈ, ਪੁਰਾਣੇ ਨੇਮ ਬਾਰੇ ਪਤਾ ਹੀ ਨਹੀਂ ਉਹਨਾਂ ਨੂੰ ਪਰਮੇਸ਼ਵਰ ਦੇ ਬਾਰੇ। ਪੁੱਤਰ ਨੂੰ ਜਾਣਨ ਤੋਂ ਪਹਿਲਾਂ ਪਿਤਾ ਨੂੰ ਜਾਣਨਾ ਜ਼ਰੂਰੀ ਆ। ਪੁੱਤ ਦੇ ਨਾਮ ਦੇ ਨਾਲ ਹਮੇਸ਼ਾ ਬੋਲੋ, ਬਾਪੂ ਦਾ ਨਾਮ ਲੱਗਦਾ ਹੈ, ਡੈਡੀ ਦਾ ਨਾਮ ਲੱਗਦਾ ਹੈ, ਪਿਤਾ ਦਾ ਨਾਮ ਲੱਗਦਾ ਹੈ, ਫਾਦਰ ਦਾ ਨਾਮ ਲੱਗਦਾ ਹੈ। ਨਾਮ ਸ਼ਿਮੋਨ ਨਈਅਰ, ਸਨ ਆਫ ਰਾਜਕੁਮਾਰ। ਤੁਹਾਡੇ ਪਾਸਪੋਰਟ 'ਤੇ ਵੀ ਤੁਹਾਡੇ ਪਿਤਾ ਦਾ ਨਾਮ ਚੜਿਆ ਹੋਇਆ ਹੈ, ਆਧਾਰ ਕਾਰਡ 'ਤੇ ਵੀ ਤੁਹਾਡੇ ਪਾਪਾ ਜੀ ਦਾ ਨਾਮ ਹੀ ਬੋਲਣਾ ਹੈ। ਕਿਤੇ ਵੀ ਚਲੇ ਜਾਓ, ਹਮੇਸ਼ਾ ਤੁਹਾਡੇ ਪਾਪਾ ਜੀ ਦਾ ਨਾਮ ਬੋਲਿਆ ਜਾਣਾ ਹੈ। ਇਸੇ ਤਰ੍ਹਾਂ ਨਵੇਂ ਨੇਮ 'ਚ ਯਿਸੂ ਸੀ ਅਤੇ ਪੁਰਾਣੇ ਨੇਮ ਵਿੱਚ ਪਿਤਾ ਦਾ ਨਾਮ ਬੋਲਿਆ ਮੈਂ ਹਾਂ। ਜਦੋਂ ਤੁਸੀਂ ਕਿਸੇ ਨੂੰ ਇੰਗਲਿਸ਼ ਦੱਸਦੇ ਹੋ ਆਈ ਐਮ, ਆਈ ਐਮ ਜਦੋਂ ਬੋਲਦੇ ਹੋ ਆਈ ਐਮ, ਉਸੋ ਤੁਹਾਡੇ ਨਾਮ ਤੋਂ ਪਹਿਲਾਂ ਪਰਮੇਸ਼ਵਰ ਦਾ ਨਾਮ ਲੱਗ ਜਾਂਦਾ ਹੈ। ਹਾਲੇਲੂਇਆ। ਪਰਮੇਸ਼ਵਰ ਨੂੰ ਜਾਣਨਾ ਬੜਾ ਜ਼ਰੂਰੀ ਹੈ ਮੇਰੀ ਉਹ ਭੈਣੋ। ਤੁਹਾਡੀ ਦੁਆ ਪਾਵਰਫੁਲ ਤਦੇ ਹੋਊਗੀ ਜਦੋਂ ਤੁਸੀਂ ਕਲਾਮ ਨੂੰ ਕੋਟ ਕਰਦੇ ਹੋ। ਜਦੋਂ ਤੁਸੀਂ ਦੁਆ ਦੇ ਵਿੱਚ ਕਲਾਮ ਬੋਲਦੇ ਹੋ, ਸ਼ੈਤਾਨ ਡਰਦਾ ਹੈ ਉਦੋਂ। ਕਿਉਂ? ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਇੰਨੇ ਸਾਰੇ ਹਥਿਆਰ। ਹਾਲੇਲੂਇਆ, ਹਾਲੇਲੂਇਆ। ਉਹ ਹਿਬਸੀਆ 6 ਵਿੱਚ ਪੜਿਆ ਨਹੀਂ, ਆਤਮਿਕ ਹਥਿਆਰ ਬੋਲੋ ਪਾਏ ਹੋਏ ਆ ਕਿ ਨਹੀਂ? ਪਾਸਟਰ ਠੰਡ ਬੜੀ ਸੀ, ਹਥਿਆਰ ਤਾਂ ਲਾ ਕੇ ਰਾਤ 'ਤੇ, ਅਸੀਂ ਤਾਂ ਪਜਾਮੀਆਂ ਹੀ ਪਾਇਆ ਹੈ ਥੱਲਿਓਂ ਦੀ, ਠੰਡ ਹੀ ਬੜੀ ਸੀਗੀ ਲੱਗਦੀ। ਇੰਨਰ ਸੂਟ ਹੀ ਚਾੜੇ ਹੋਏ ਦੋ ਦੋ, ਕਈ ਤਾਂ ਜਰਾਬਾਂ ਦੋ ਦੋ ਚਾੜ ਕੇ ਫਿਰਦੇ ਆ, ਠੰਡ ਹੀ ਬੜੀ ਸੀ। ਸ਼ਸਤਰ ਪਸ਼ਤਰ ਕਿੱਥੇ ਚੱਕ ਹੋਣੇ ਸੀਗੇ? ਉਹ ਕਿਹਾ ਘਰੇ ਰੱਖ ਜਾਂਦੇ ਹਾਂ, ਹੱਲੇ ਕਿਹੜਾ ਲੜਾਈ ਲੱਗੀ ਹੈ। ਚਾਹ ਦੋ ਦੋ ਕੱਪ ਭਾਵੇਂ ਤੁਸੀਂ ਹੋਰ ਪੀ ਲਓ, ਹੱਲੇ ਕਿਹੜਾ ਲੜਾਈ ਲੱਗੀ ਆ। ਤੁਸੀਂ ਜੰਗ ਵਿੱਚ ਆ, ਤੁਸੀਂ ਕਾਹਦੇ ਵਿੱਚ ਆ? ਤਾਂ ਤੁਹਾਨੂੰ ਕਲਾਮ ਨੇ ਬਚਾਉਣਾ ਹੈ, ਤੇ ਕਲਾਮ ਜੇ ਤੁਹਾਡੇ ਕੋਲ ਹੋਵੇਗਾ, ਪਰਮੇਸ਼ਵਰ ਦੇ ਵਿੱਚ ਜਿਹੜੀਆਂ ਗੋਲੀਆਂ ਨੇ ਉਹ ਵਚਨ ਦੀਆਂ ਗੋਲੀਆਂ ਨੇ। ਜਦੋਂ ਤੁਸੀਂ ਫਾਈਟ ਵਿੱਚ ਬਹਿੰਦੇ ਹੋ, ਦੁਆ ਕਰਦੇ ਹੋ, ਬੋਲੋ ਤਾਂ ਕਲਾਮ, ਮੇਰੇ ਪਰਮੇਸ਼ਵਰ ਨੇ ਇਹ ਆਕਾਸ਼ ਨੂੰ ਬਣਾਇਆ, ਧਰਤੀ ਨੂੰ ਬਣਾਇਆ, ਮੇਰੇ ਪਰਮੇਸ਼ਵਰ ਨੇ ਮੈਨੂੰ ਹੱਥਾਂ ਨਾਲ ਬਣਾਇਆ, ਸ਼ੈਤਾਨ ਤੂੰ ਮੇਰਾ ਵਾਲ ਵੀ ਵਿੰਗਾ,
ਨਹੀਂ ਕਰ ਸਕਦਾ। ਹਾਲੇਲੂਇਆ ਹਾਲੇਲੂਇਆ। ਇਹ ਕਲਾਮ ਨੂੰ ਜਦੋਂ ਕੋਟ ਕਰਦੇ ਹੋ, ਜਦੋਂ ਬੋਲਦੇ ਹੋ, ਪਰਮੇਸ਼ਵਰ ਦੀ ਪਾਵਰ ਤੁਹਾਡੇ ਵਿੱਚ ਕੰਮ ਕਰੇਗੀ, ਤੁਹਾਡੀ ਪ੍ਰਾਰਥਨਾ ਪਾਵਰਫੁਲ ਹੋਵੇਗੀ ਤੇ ਸ਼ੈਤਾਨ ਦੂਰ ਹੋਵੇਗਾ। ਉਹਨੂੰ ਤੁਹਾਡੇ ਵਿਹੜੇ ਚੋਂ ਅੱਗ ਬਲਦੀ ਹੋਈ ਨਜ਼ਰ ਆਵੇਗੀ। ਉਹ ਅੱਗ ਪਰਮੇਸ਼ਵਰ ਦੀ ਮਸੇ ਦੀ ਹੁੰਦੀ ਏ। ਹਾਲੇਲੂਇਆ ਹਾਲੇਲੂਇਆ। ਪੜ੍ਹੀਏ ਮੇਰੇ ਨਾਲ ਹੋਰ ਇੱਕ ਜਗ੍ਹਾ ਤੋਂ, ਲੁੱਕਾ ਦੀ ਅੰਜੀਲ 24 ਭਾਗ ਉਹਦੀ 45 ਆਇਤ। ਉਸ ਨੇ ਉਹਨਾਂ ਦੀ ਬੁੱਧ ਖੋਲ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਵਰ ਨੇ ਚੇਲਿਆਂ ਦੀ ਕੀ ਖੋਲੀ ਸੀ, ਕੀ ਸਮਝ ਲੈਣ? ਉਦੋਂ ਨਵਾਂ ਨੇਮ ਆਇਆ ਸੀ। ਧਿਆਨ ਦਿਓ ਮੇਰੇ ਵੱਲ ਮੇਰੀ ਉਹ ਭੈਣੋ, ਅੱਜ ਟੀਚਿੰਗ ਚੱਲ ਰਹੀ ਆ, ਬੜੇ ਧਿਆਨ ਨਾਲ ਸੁਣੀਏ। ਜਦੋਂ ਯਿਸੂ ਮਸੀਹ ਨੇ ਬੁੱਧ ਖੋਲੀ ਚੇਲਿਆਂ ਦੀ, ਉਦੋਂ ਨਵਾਂ ਨੇਮ ਹੈ ਸੀ, ਉਦੋਂ ਮਤੀ ਮਰਕਸ ਲੁੱਕਾ ਝੂਨਾ ਹੈ ਸੀ, ਉਦੋਂ ਹਿਪਸੀਆ ਫਿਲਪੀਆ ਕੁਲਸੀਆ ਪੱਤਰੀਆਂ ਹੈਗੀਆਂ ਸੀ। ਕਿਹੜੀ ਕਿਤਾਬ ਲਈ ਬੁੱਧ ਖੋਲੀ ਸੀ? ਤੋਂ ਬੁੱਧ ਖੋਲੀ ਆ ਬਈ ਪਵਿੱਤਰ। ਪੰਜ ਕਿਤਾਬਾਂ ਸੀ ਜਿਹਨਾਂ ਨੂੰ ਤੋਰਾ ਕਿਹਾ ਗਿਆ। ਕੀ ਕਿਹਾ ਗਿਆ? ਤੋਰਾ ਕਿਹਾ ਗਿਆ, ਯਹੂਦੀ ਕਹਿੰਦੇ ਨੇ ਤੋਰਾ। ਇਹਦੇ ਵਿੱਚ ਉਤਪਤੀ ਦੀ ਕਿਤਾਬ ਕਿਹਨੇ ਲਿਖੀ ਹੈ? ਚਲੋ ਹੁਣ ਤਾਂ ਦੱਸ ਦਿਓ, ਮੂਸਾ ਜੀ ਨੇ ਲਿਖੀ ਨੇ, ਖੁਦਾ ਦੇ ਪ੍ਰੋਫਿਟ ਮੂਸਾ, ਮੂਸਾ ਨੇ ਲਿਖੀ ਹੈ ਉਤਪਤੀ ਦੀ ਕਿਤਾਬ। ਤੇ ਮੂਸਾ ਜਾ ਕੇ ਕੂਚ ਚ ਮਿਲਦਾ ਹੈ ਸਾਨੂੰ। ਕਿੰਨਾ ਪੁਰਾਣਾ ਇਤਿਹਾਸ ਮੂਸਾ ਨੇ ਲਿਖਿਆ ਹੈ, ਤੇ ਮੂਸਾ ਨੇ ਆਪਣੀ ਮਰਜ਼ੀ ਨਾਲ ਇੱਕ ਵੀ ਬਿੰਦੀ ਇੱਧਰ ਉੱਧਰ ਨਹੀਂ ਲਿਖੀ। ਤੇ ਮੂਸਾ ਨੇ ਲਿਖੀ ਕਦੋਂ ਸੀ ਇਹ ਪੰਜ ਕਿਤਾਬਾਂ? ਦੱਸਣਾ ਮੈਨੂੰ ਹੁਣ ਤੁਸੀਂ, ਮੂਸਾ ਕਾਹ ਤੇ ਚੜ ਗਿਆ ਜੀ? ਹੈਂਜੀ, ਪਹਾੜ ਤੇ। ਕਿੰਨੇ ਦਿਨ ਰਿਹਾ ਉੱਪਰ? 40 ਦਿਨ ਤੇ 40। ਉਹਨਾਂ ਦਿਨਾਂ ਵਿੱਚ ਉਹਨੇ ਕੀ ਲਿਖੀਆਂ, ਕਿਹਨੇ ਲਿਖਾਈਆਂ? ਥੱਲੇ ਜਿਹੜੇ ਲੋਕ ਸੀ ਉਹਨਾਂ ਨੂੰ ਬੱਦਲ ਗਰਜਣ ਦੀਆਂ ਆਵਾਜ਼ਾਂ ਆਉਂਦੀਆਂ ਸੀ, ਪਰ ਜਦੋਂ ਉੱਪਰ ਮੂਸਾ ਸੀ ਉਹਨੂੰ ਪਰਮੇਸ਼ਵਰ ਦੀ ਆਵਾਜ਼ ਆਉਂਦੀ ਸੀ। ਤਾੜੀ ਮਾਰੋ ਹੁਣ ਪਰਮੇਸ਼ਵਰ ਲਈ। ਹਾਲੇਲੂਇਆ। ਉਹਨਾਂ ਨੂੰ, ਲੋਕਾਂ ਨੂੰ ਥੱਲੇ ਜਿਹੜੇ ਸੀ ਉਹਨਾਂ ਨੂੰ ਬਿਜਲੀ ਗਰਜਣ ਦੀ ਆਵਾਜ਼ਾਂ ਆਉਣ ਡੀਆਂ ਸੀ, ਪਰ ਮੂਸਾ ਨੂੰ ਕਾਹਦੀ ਆਵਾਜ਼ ਆਉਂਦੀ ਸੀ? ਤੇ ਮੂਸਾ ਨੂੰ ਪਰਮੇਸ਼ਵਰ ਕੀ ਲਿਖਾ ਰਿਹਾ ਸੀ? ਵਚਨ। ਇਹ ਸਾਰੀ ਵਿਵਸਥਾ ਲਿਖਾਈ ਪਰਮੇਸ਼ਵਰ ਨੇ, ਇਹ ਪੰਜ ਕਿਤਾਬਾਂ ਲਿਖਾਈਆਂ ਪਰਮੇਸ਼ਵਰ ਨੇ, ਇਹ ਮੂਸਾ ਨੇ ਲਿਖੀਆਂ ਨੇ। ਤੇ ਮੂਸਾ ਜਦੋਂ ਉਦੋਂ ਪੈਦਾ ਵੀ ਨਹੀਂ ਹੋਇਆ, 400 ਸਾਲ ਗੁਲਾਮੀ 'ਚ ਰਿਹਾ ਮੂਸਾ, ਗੁਲਾਮੀ ਦੇ ਟਾਈਮ ਪੈਦਾ ਹੋਇਆ ਲਾਸਟ ਦਿਨਾਂ ਵਿੱਚ। ਉਸ ਤੋਂ ਪਹਿਲਾਂ ਅਬਰਾਹਮ, ਫਿਰ ਦੇਖੋ ਗਾਂ ਦੀ ਗਾਂ ਚਲੇ ਗਿਆ ਪਿੱਛੇ ਨੂੰ, ਉਹ ਸਾਰੀਆਂ ਗੱਲਾਂ। ਫਿਰ ਜਿਹੜੇ ਨਾਮ ਲਿਖਾਏ ਨੇ ਉਹ ਇਕੱਲੇ ਇਕੱਲੇ ਨਾਮ ਲਿਖੇ ਹੋਣਗੇ ਮੂਸਾ ਨੇ। ਲਿਖੋ ਇਹਦੇ ਮੁੰਡੇ ਦਾ ਨਾਮ, ਗਾਂ ਉਹਦੇ ਮੁੰਡੇ ਦਾ ਨਾਮ, ਗਾਂ ਉਹਦੇ ਮੁੰਡੇ ਦਾ ਨਾਮ, ਉਹਦੇ। ਮੂਸਾ ਕਹਿੰਦਾ ਨਾ ਪ੍ਰਭੂ ਜੀ ਕਿੰਨੇ ਨਾਮ ਲਿਖਣੇ ਨੇ, ਤੁਹਾਨੂੰ ਪਤਾ ਆਦਮ ਦੀਆਂ ਕਿੰਨੀਆਂ ਪੀੜ੍ਹੀਆਂ ਲਿਖੀਆਂ ਗਈਆਂ, ਉਹਨਾਂ ਦੇ ਨਾਮ, ਨੂਹ ਨਬੀ ਦੇ ਪੁੱਤਰਾਂ ਦੇ ਨਾਮ, ਫਿਰ 12 ਜਾਤੀਆਂ ਦੇ ਨਾਮ, ਉਹਨਾਂ ਦੇ ਪੁੱਤਰਾਂ ਦੇ ਨਾਮ, ਕਿੰਨਾ ਕੁਝ ਲਿਖਿਆ। ਮੂਸਾ ਵਿਚਾਰਾ ਦੇਖਦਾ ਹੋਣਾ ਪਰਮੇਸ਼ਵਰ ਨੂੰ ਕਿੰਨਾ ਕੁਝ ਯਾਦ ਹੈ, ਪਰਮੇਸ਼ਵਰ ਦੀ ਮੈਮਰੀ ਕਿੰਨੀ ਅੱਛੀ ਹੈ। ਇਕੱਲੀ ਇਕੱਲੀ ਦਿਨ, ਪਹਿਲੇ ਦਿਨ ਚਾਹ ਬਣਾਈ, ਦੂਜੇ ਦਿਨ ਚਾਹ ਬਣਾਈ, ਹਜ਼ਾਰਾਂ ਸਾਲਾਂ ਦੀਆਂ ਗੱਲਾਂ ਪਰਮੇਸ਼ਵਰ ਨੇ ਮੂਸਾ ਨੂੰ ਲਿਖਾ ਛੱਡੀਆਂ। ਹਾਲੇਲੂਇਆ।
ਉਹ ਪਰਮੇਸ਼ਵਰ ਨੂੰ ਜੇ ਤੁਸੀਂ ਦੁਆ 'ਚ ਯਾਦ ਕਰਕੇ ਦੁਆ ਕਰੋਗੇ ਨਾ, ਪਰਮੇਸ਼ਵਰ ਤੁਹਾਨੂੰ ਵੀ ਉਹ ਗੱਲਾਂ ਸਿਖਾਵੇਗਾ, ਆਮੇਨ, ਤੁਹਾਡੀ ਵੀ ਬੁੱਧ ਨੂੰ ਖੋਲੇਗਾ, ਆਮੇਨ, ਤੁਸੀਂ ਵੀ ਕਲਾਮ ਨੂੰ ਸਮਝੋਗੇ, ਆਮੇਨ, ਹਾਲੇਲੂਇਆ, ਹਾਲੇਲੂਇਆ। ਸਮਝ ਆ ਰਹੀ ਹੋ ਨਾ ਪਰਮੇਸ਼ਵਰ ਦੇ ਬਾਰੇ, ਉਹਨਾਂ ਨੂੰ ਆ ਰਹੀ ਹੈ ਜਾਂ ਨਹੀਂ ਆ ਰਹੀ? ਦੋ ਟਾਈਮ ਪਰਮੇਸ਼ਵਰ ਦੇ ਨਾਲ ਮੂਸਾ ਬੈਠਾ ਹੈ, ਫੇਸ ਟੂ ਫੇਸ ਟਾਕ ਕੀਤੀ ਹੈ ਮੂਸਾ ਨੇ, 40 ਦਿਨ 40 ਰਾਤਾਂ ਇੱਕ ਵਾਰੀ, 40 ਦਿਨ 40 ਰਾਤਾਂ ਇੱਕ ਵਾਰੀ, ਟੋਟਲ 80 ਦਿਨ ਉਹ ਪਰਮੇਸ਼ਵਰ ਦੇ ਨਾਲ ਰਿਹਾ ਹੈ ਆਪਣੇ ਜੀਵਨ ਕਾਲ ਵਿੱਚ। ਅਤੇ ਆਵਾਜ਼ਾਂ ਜਿਹੜੀਆਂ ਆਉਂਦੀਆਂ ਉਹ ਅਲੱਗ ਗੱਲ ਸੀਗੀ, ਆਵਾਜ਼ਾਂ ਵੱਖਰੀਆਂ ਵੱਖਰੀਆਂ ਆਉਂਦੀਆਂ ਹੁੰਦੀਆਂ ਪਰਮੇਸ਼ਵਰ ਨੂੰ। ਕਦੀ ਝਾੜੀ ਵਿੱਚ ਦੀ ਆਵਾਜ਼ ਆ ਜਾਣੀ, ਕਦੀ ਦੁਆ ਕਰਨ ਬੈਠਾ ਤਾਂ ਇੱਦਾਂ ਆਵਾਜ਼ ਆ ਜਾਣੀ, ਜਦੋਂ ਹੱਥ ਸਮੁੰਦਰ 'ਤੇ ਲੰਮਾ ਕਰਦਾ ਹੈ ਸਿੱਧੀ ਆਵਾਜ਼ ਆ ਜਾਂਦੀ ਸੀ, ਪਰ ਲੋਕਾਂ ਨੂੰ ਨਹੀਂ ਸੀ ਸੁਣਦੀ, ਲੋਕਾਂ ਨੂੰ ਸਿਰਫ ਬੱਦਲਾਂ ਦੀ ਆਵਾਜ਼, ਬਿਜਲੀ ਦੀ ਆਵਾਜ਼, ਪਤਲ ਲਿਸ਼ਕਦੇ ਬਿਜਲੀ ਗਰਜਣੀ, ਇਹ ਆਵਾਜ਼ਾਂ ਸੁਣਦੀਆਂ ਸੀ। ਇਹ ਆਵਾਜ਼ ਸਿਰਫ ਕਿਹਨੂੰ ਸੁਣਦੀ ਸੀ? ਮੂਸਾ ਨੂੰ, ਮੂਸਾ ਨੂੰ ਸੁਣਦੀ ਸੀ। ਜਦੋਂ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਨਾ, ਤੁਹਾਡੇ ਟੱਬਰ ਨੂੰ ਥੋੜ੍ਹਾ ਆਵਾਜ਼ ਸੁਣਨੀ, ਉਹਨਾਂ ਨੂੰ ਤਾਂ ਲੱਗਣਾ ਪਤਾ ਨਹੀਂ ਕੀ ਹੋਣ ਡਿਆ ਅੰਦਰ। ਪਰਮੇਸ਼ਵਰ ਦੀ ਪਾਵਰ ਨੂੰ ਜਾਣੀਏ, ਖੁਦਾ ਨੂੰ ਸਮਝੀਏ, ਪਰਮੇਸ਼ਵਰ ਨੂੰ ਸਮਝੀਏ। ਮੈਂ ਤੁਹਾਨੂੰ ਤਾਂ ਅੱਜ ਇਹ ਕਲਾਮ ਦੇ ਰਿਹਾ, ਇਹਦੇ ਪਿੱਛੇ ਰੀਜ਼ਨ ਆ, ਤੁਹਾਨੂੰ ਤੁਹਾਡੇ ਜਿਹੜੇ ਪਰਮੇਸ਼ਵਰ ਨੂੰ ਤੁਸੀਂ ਮੰਨਦੇ ਉਹਦੇ ਬਾਰੇ ਪਤਾ ਹੋਵੇ, ਉਹਦੀ ਪਾਵਰ ਕੀ ਆ। ਜੇ ਮੈਂ ਪੜ੍ਹਾਉਣਾ ਨਹੀਂ ਚਾਹੁੰਦਾ, ਪਰ ਮੈਂ ਵੈਸੇ ਮੂੰਹ ਦਬਾਨੀ ਦੱਸ ਦਿੰਦਾ, ਕਲਾਮ 'ਚ ਲਿਖਿਆ ਹੈ ਦੇਵਤਿਆਂ ਨਾਲੋਂ ਵੀ ਉੱਤਮ ਆ ਸਾਡਾ ਪਰਮੇਸ਼ਵਰ, ਬਾਈਬਲ 'ਚ ਲਿਖਿਆ ਹੋਇਆ ਹੈ, ਲਿਖਿਆ ਵੀ ਪੁਰਾਣੇ ਨੇਮ ਵਿੱਚ। ਅਤੇ ਇਹ ਉਸ ਸਮੇਂ ਦੇ ਵਿੱਚ ਜਿਹੜੀ ਬੁੱਤ ਪ੍ਰਸਤੀ ਹੁੰਦੀ ਸੀਗੀ, ਉਹਨਾਂ ਦੇ ਦੇਵਤਿਆਂ ਦੀ ਗੱਲ ਪ੍ਰਭੂ ਕਰ ਰਿਹਾ ਹੈ, ਪਰਮੇਸ਼ਵਰ ਕਰਦਾ ਹੈ। ਹਾਲੇਲੂਇਆ। ਤੁਸੀਂ ਦੁਆ ਕਰਦੇ ਹੋ, ਪ੍ਰਭੂ ਜੀ ਦਇਆ ਕਰਦੇ, ਕਿਰਪਾ ਕਰਦੇ, ਪ੍ਰਭੂ ਜੀ ਮੇਰੇ ਪੇਟ ਢਿੱਡ ਦਾ ਦਰਦ ਦੂਰ ਕਰਦੇ, ਮੇਰੇ ਕੁੜੀ ਮੁੰਡੇ ਨੂੰ ਬਾਹਰ ਭੇਜਦੇ, ਕਰਜ਼ਾ ਲਾ ਦੇ। ਉਹ ਤੁਸੀਂ ਸਮਝੋ ਤਾਂ ਸਹੀ ਪ੍ਰਭੂ ਦੀ ਪਾਵਰ ਨੂੰ, ਪਰਮੇਸ਼ਵਰ ਦੀ ਪਾਵਰ ਐਡੀ, ਤੁਹਾਡੇ ਘਰ ਦੇ ਭਾਂਡੇ ਖਾਲੀ ਹੋਣ ਤਾਂ ਦੁਆ ਕਰਨ ਚ ਬਹਿ ਜਾਓ, ਉਹਦੀ ਪਾਵਰ ਨੂੰ ਜਾਣੋ ਤਾਂ ਪਰਮੇਸ਼ਵਰ ਭਰ ਦੇਵੇਗਾ, ਭਰ ਦੇਵੇਗਾ, ਭਰ ਦੇਵੇਗਾ। ਹਾਲੇਲੂਇਆ। ਪਰਮੇਸ਼ਵਰ ਨੇ ਚੇਲਿਆਂ ਦੀ ਬੁੱਧ ਨੂੰ ਖੋਲਤਾ ਵੀ ਉਹ ਪੁਰਾਣੇ ਨੇਮ ਨੂੰ ਸਮਝ ਸਕਣ। ਜਦੋਂ ਤੁਸੀਂ ਕਲਾਮ ਪੜ੍ਹਦੇ ਹੋ, ਦੁਆ ਕਰਦੇ ਹੋ, ਤੁਹਾਨੂੰ ਸਮਝ ਨਹੀਂ ਆਉਂਦੀ, ਉਦੋਂ ਕਰੋ ਤਾਂ ਦੁਆ। ਪਰਮੇਸ਼ਵਰ ਤੂੰ ਖੋਤੇ ਨੂੰ ਬੋਲਣ ਲਾ ਸਕਦਾ ਹੈ, ਖੋਤੇ ਨੂੰ ਸਮਝ ਦੇ ਸਕਦਾ ਹੈ, ਉਹ ਕਾਂ ਜਿਹੜਾ ਲੋਕਾਂ ਦੇ ਹੱਥਾਂ 'ਚ ਰੋਟੀ ਖੋ ਕੇ ਲੈ ਕੇ ਜਾਂਦਾ ਹੈ, ਤੂੰ ਉਹਨੂੰ ਸਮਝ ਦੇ ਸਕਦਾ ਹੈ। ਨਬੀ ਨੂੰ ਰੋਟੀ ਦੇਣੀ ਹੈ, ਮਾਸ ਦੇਣਾ ਹੈ, ਅੱਜ ਮੈਨੂੰ ਵੀ ਬੁੱਧ ਦੇ ਦੇ, ਤੇਰੇ ਕਲਾਮ ਨੂੰ ਸਮਝਾ, ਤੇਰੀਆਂ ਗੱਲਾਂ ਨੂੰ ਸਮਝਾ, ਤੇਰੇ ਵਚਨ ਨੂੰ ਸਮਝਾ, ਤੇਰੇ ਪ੍ਰਭੂ ਜੀ ਭੇਤਾਂ ਨੂੰ ਸਮਝਾ। ਬੁੱਧ ਕੌਣ ਮੁਹੱਈਆ ਕਰਾਉਂਦਾ ਹੈ? ਬੁੱਧੀ ਕੌਣ ਦਿੰਦਾ ਹੈ? ਬਿਨਾਂ ਉਲਾਮੇ ਦਿੰਦਾ ਹੈ? ਕੁਝ ਭੈਣਾਂ ਕਹਿੰਦੀਆਂ ਨੇ ਮੇਰਾ ਨਿਆਣਾ ਕਹਿਣਾ ਨਹੀਂ ਮੈਂ, ਝੁੱਡੂ ਹੀ ਆ, ਬੇਵਕੂਫ ਹੀ ਆ, ਇਹਨੂੰ ਪਤਾ ਹੀ ਨਹੀਂ ਲੱਗਦਾ, ਭੋਲਾ ਹੀ ਆ, ਇਹਨੂੰ ਨਹੀਂ ਪਤਾ ਲੱਗਦਾ। ਦੁਆ ਕਰੋ ਤਾਂ ਪਰਮੇਸ਼ਵਰ ਮੇਰੇ ਬੱਚੇ ਨੂੰ ਕੀ ਦੇ? ਬੁੱਧ ਬੁੱਧ ਦੇ ਪ੍ਰਭੂ ਜੀ, ਜਿੱਦਾਂ ਸੁਲੇਮਾਨ ਨੂੰ ਬੁੱਧ ਦੇਤੀ, ਜਿੱਦਾਂ ਛੋਟੇ ਜਿਹੇ ਸੈਮੂਅਲ ਨੂੰ ਬੁੱਧ ਦੇਤੀ, ਭਵਨ ਵਿੱਚ ਰਹਿੰਦਾ ਸੀ, ਕਿੱਦਾਂ ਟਹਿਲ ਸੇਵਾ ਕਰਦਾ ਸੀ, ਹੰਨਾ ਨੇ ਚੜ੍ਹਾਤਾ ਸੀ, ਇੱਦਾਂ ਪ੍ਰਭੂ ਜੀ ਮੇਰੇ ਬੇਟੇ ਨੂੰ ਵੀ ਕੀ ਦੇ ਦੇ? ਕਿਉਂ ਨਾ ਦਊਗਾ ਪਰਮੇਸ਼ਵਰ? ਹੈਲੋ, ਸਮਝੋ ਤਾਂ ਸਹੀ ਪਰਮੇਸ਼ਵਰ ਦੀ ਪਾਵਰ ਨੂੰ, ਪਰਮੇਸ਼ਵਰ ਨੂੰ ਜਾਣੋ, ਚੱਖੋ ਤੇ ਵੇਖੋ। ਹਾਲੇਲੂਇਆ, ਹਾਲੇਲੂਇਆ। ਚੱਖੋ ਤੇ ਵੇਖੋ, ਯਹੋਵਾ ਭਲਾ ਹੈ, ਕਿੰਨਾ ਭਲਾ ਪਰਮੇਸ਼ਵਰ ਆ। ਜਾਣੂਗੇ
ਫਿਰ ਹੀ ਪਤਾ ਲੱਗੂਗਾ, ਖਾਓਗੇ ਤਾਂ ਪਤਾ ਲੱਗੂਗਾ। ਪੁਰਾਣਾ ਨੇਮ ਪੜ੍ਹਨਾ ਸਟਾਰਟ ਕਰੋ, ਖਾਸ ਕਰਕੇ ਬੁੱਕ ਆਫ ਜੈਨਸਿਸ, ਉਤਪਤੀ ਦੀ ਕਿਤਾਬ ਨੂੰ ਜ਼ਰੂਰ ਪੜ੍ਹੋ। ਉਹਦੇ ਵਿੱਚ ਤੁਹਾਨੂੰ ਪਰਮੇਸ਼ੁਰ ਦੀਆਂ ਤਾਕਤਾਂ ਦੇ ਪਾਵਰ ਦੇ ਬਾਰੇ, ਜਦੋਂ ਯੂਸਫ ਦੇ ਬਾਰੇ ਸਟੋਰੀ ਪੜ੍ਹੋਗੇ, ਅੱਜ ਦੀ ਜਨਰੇਸ਼ਨ ਨੂੰ ਇਹ ਸਮਝਣ ਦੀ ਲੋੜ ਆ ਵੀ ਇੱਕ ਪਰਮੇਸ਼ੁਰ ਬਾਲਕ ਨੂੰ ਕਿੱਦਾਂ ਟੋਏ 'ਚੋਂ ਕੱਢਿਆ, ਬਚਾਇਆ, ਵਿਕ ਗਿਆ, ਉੱਥੋਂ ਫਿਰ ਗਾਂਹ ਵਿਕਿਆ, ਝਾੜੂ ਪੋਚੇ 'ਤੇ ਲੱਗਾ, ਉੱਥੋਂ ਫਿਰ ਘਰ ਦਾ ਪ੍ਰਧਾਨ ਮੁਖੀਆ ਬਣਿਆ, ਉੱਥੋਂ ਫਿਰ ਜੇਲ੍ਹ ਵਿੱਚ ਗਿਆ, 13 ਸਾਲ ਜੇਲ੍ਹ ਵਿੱਚ ਬਿਤਾਏ ਨੇ, ਜੇਲ੍ਹ ਦਾ ਵੀ ਪ੍ਰਧਾਨ ਬਣ ਗਿਆ, ਫਿਰ ਰਾਜੇ ਤੱਕ ਪਹੁੰਚਿਆ, ਰਾਜੇ ਤੋਂ ਬਾਅਦ ਆ ਉਹ ਕਿੰਗ ਬਣ ਗਿਆ। ਹਾਲੇਲੂਇਆ, ਹਾਲੇਲੂਇਆ। ਇਹ ਬੱਚਿਆਂ ਨੂੰ ਜ਼ਰੂਰਤ ਆ, ਜਿਹੜੇ ਬੱਚੇ ਆਪਣੇ ਆਪ ਨੂੰ ਸਮਝ ਰਹੇ ਮੈਂ ਫੇਲ ਹੋ ਜਾਣਾ, ਮੇਰੇ ਅੰਦਰ ਫੇਲੀਅਰ ਵਾਲੀ ਸਪਿਰਿਟ ਆ, ਮੈਂ ਕੁਝ ਨਹੀਂ ਕਰ ਸਕਦਾ, ਮਾਂ ਪਿਓ ਜਿਹੜਾ ਕਹਿੰਦੇ ਨੇ ਤੂੰ ਕੁਝ ਨਹੀਂ ਕਰਨਾ, ਤੂੰ ਵਿਹਲੜ ਹੀ ਰਹਿਣਾ, ਤੂੰ ਇੱਦਾਂ ਹੀ ਟਾਈਮ ਨੰਘਾ ਲੈਣਾ, ਤੇਰੇ ਜੀਵਨ 'ਚ ਕੁਝ ਨਹੀਂ ਨਜ਼ਰ ਆਉਂਦਾ। ਉਹਨਾਂ ਬੱਚਿਆਂ ਨੂੰ ਜ਼ਰੂਰਤ ਹੈ ਯੂਸਫ ਦੇ ਬਾਰੇ ਪੜ੍ਹਨ ਦੀ, ਉਹਨਾਂ ਬੱਚਿਆਂ ਨੂੰ ਜ਼ਰੂਰਤ ਹੈ ਦਾਊਦ ਦੇ ਬਾਰੇ ਪੜ੍ਹਨ ਦੀ। ਇਹ ਤਾਂ ਪੁਰਾਣੇ ਨੇਮ 'ਚੋਂ ਮਿਲੂਗਾ, ਪੁਰਾਣੇ ਨੇਮ 'ਚ ਪਰਮੇਸ਼ੁਰ ਦੀ ਪਾਵਰ ਆ, ਨਵੇਂ ਨੇਮ ਦੇ ਵਿੱਚ ਮੁਕਤੀ ਆ, ਨਵੇਂ ਨੇਮ ਵਿੱਚ ਮੁਕਤੀ ਆ, ਛੁਟਕਾਰਾ, ਮੁਕਤੀ ਆ, ਅਤੇ ਪੁਰਾਣੇ ਨੇਮ ਵਿੱਚ ਪਰਮੇਸ਼ੁਰ ਦੀ ਪਾਵਰ ਸਮਰਥ ਆ ਵੀ ਮੁਕਤੀ ਪਾਉਣੀ ਕਿੱਦਾਂ ਵਾ, ਛੁਟਕਾਰਾ ਪਾਉਣਾ ਕਿੱਦਾਂ, ਤਾਂ ਨਵੇਂ ਨੇਮ ਵਿੱਚ ਛੁਟਕਾਰਾ ਭੇਜਤਾ, ਮੁਕਤੀ ਭੇਜਤੀ ਵੀ ਆਹ ਤੁਹਾਡੀ ਮੁਕਤੀ ਆ, ਉਹਦਾ ਨਾਮ ਸੀ। ਹਾਲੇਲੂਇਆ, ਹਾਲੇਲੂਇਆ। ਪੜ੍ਹੀਏ, ਪਰਮੇਸ਼ੁਰ ਨੇ ਬੁੱਧ ਨੂੰ ਖੋਲਤਾ। ਤਦ ਉਸ ਨੇ ਉਹਨਾਂ ਦੀ ਬੁੱਧ ਖੋਲ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ, ਪੁਸਤਕਾਂ ਨੂੰ ਸਮਝ ਲੈਣ। ਹਾਂਜੀ, ਹਿੰਦੀ ਚ ਵੀ ਪੜ੍ਹੀਏ। ਤਬ ਉਸ ਨੇ ਪਵਿੱਤਰ ਸ਼ਾਸਤਰ ਸਮਝਣੇ ਕੇ ਲਈ ਉਨਕੀ ਸਮਝ ਖੋਲ ਦੀ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਨੇ ਉਹਨਾਂ ਦੀ ਸਮਝ ਨੂੰ ਖੋਲਤਾ ਵੀ ਉਹ ਪਵਿੱਤਰ ਸ਼ਾਸਤਰ ਨੂੰ ਸਮਝ ਸਕਣ। ਪਰਮੇਸ਼ਵਰ ਨਿਕੋਦਮਸ ਨੂੰ ਵੀ ਇਹੀ ਗੱਲ ਕਹਿ ਰਿਹਾ ਸੀ ਵੀ ਮੈਂ ਤੁਹਾਨੂੰ ਧਰਤੀ ਦੀਆਂ ਗੱਲਾਂ ਸੁਣਾਈਆਂ ਪਰ ਤੁਸੀਂ ਉਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ, ਫਿਰ ਹੁਣ ਤੁਸੀਂ ਸਵਰਗ ਦੀਆਂ ਗੱਲਾਂ 'ਤੇ ਕਿੱਦਾਂ ਵਿਸ਼ਵਾਸ ਕਰੋਗੇ? ਤਾਂ ਜਦ ਤੱਕ ਤੁਸੀਂ ਪੁਰਾਣੇ ਨੇਮ ਨੂੰ ਪੜ੍ਹ ਨਹੀਂ ਸਕਦੇ, ਨਵੇਂ ਨੇਮ ਨੂੰ ਸਮਝ ਨਹੀਂ ਸਕਦੇ। ਗੱਡੀ ਚਲਾਉਂਦੇ ਹੋ, ਗੱਡੀ ਕਿਹਨਾਂ ਨੂੰ ਆਉਂਦੀ ਚਲਾਉਣੀ? ਕਾਰ, ਬਾਈਕ, ਸਭ ਨੂੰ ਆਉਂਦੀ ਹੈ। ਸ਼ੀਸ਼ੇ ਲੱਗੇ ਹੁੰਦੇ ਹੋ, ਕਿਹੜੇ ਕੰਮ ਲਈ ਹੁੰਦੇ? ਹਾਂਜੀ, ਉਹ ਸ਼ੀਸ਼ੇ ਕਾਹਦੇ ਵਾਸਤੇ ਹੁੰਦੇ ਆ? ਪਿੱਛੇ ਦੇਖਣ ਲਈ। ਬੀਬੀਆਂ ਨੂੰ ਤਾਂ ਨਹੀਂ ਪੁੱਛਦਾ, ਇਹਨਾਂ ਨੇ ਸਿੱਧਾ ਕਹਿਣਾ ਮੂੰਹ ਦੇਖਣ ਨੂੰ। ਬੀਬੀਆਂ ਨੂੰ ਤਾਂ ਨਹੀਂ ਮੈਂ ਪੁੱਛਦਾ, ਇਹਨਾਂ ਦੇ ਸਕੂਟਰੀਆਂ ਦੇ ਸ਼ੀਸ਼ਿਆਂ ਦੇ ਵੀ ਮੂੰਹ ਆਪਣੇ ਵੱਲ ਨੂੰ ਕੀਤੇ ਹੁੰਦੇ ਵੀ ਮੇਰਾ ਮੂੰਹ ਦਿਸਦਾ ਰਹੇ। ਉਹ ਤੁਸੀਂ ਦੱਸੋ ਭਾਈ, ਉਹ ਕਾਹਦੇ ਵਾਸਤੇ ਸ਼ੀਸ਼ੇ ਹੁੰਦੇ ਆ? ਪਿੱਛੇ ਵੇਖਣ ਨੂੰ। ਨਵੇਂ ਨੇਮ ਦੇ ਨਾਲ ਪੁਰਾਣਾ ਨੇਮ ਇਸ ਲਈ ਅਟੈਚ ਕੀਤਾ ਗਿਆ ਤੁਸੀਂ ਪਿੱਛੇ ਵੇਖ ਸਕੋ ਤੇ ਅੱਗੇ ਚੱਲ ਸਕੋ। ਹਾਲੇਲੂਇਆ, 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 ਹਾਲੇਲੂਇਆ। ਤਾਰੀਫ ਕਰੋ ਯਿਸੂ ਮਸੀਹ ਦੇ ਲਈ, ਯਿਸੂ ਮਸੀਹ ਦੇ ਲਈ, ਯਿਸੂ ਮਸੀਹ ਦੇ ਲਈ। ਸਭਾ ਦਾ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ। ਪੁਰਾਣਾ ਨੇਮ ਜਦੋਂ ਪੜੋਗੇ ਪਰਮੇਸ਼ਵਰ ਨੂੰ ਸਮਝੋਗੇ, ਖੁਦਾ ਦੀ ਪਾਵਰ ਨੂੰ ਸਮਝੋਗੇ ਜਦੋਂ ਪੜ੍ਹਦੇ ਹੋ। ਇਹਦੀ 44 ਆਇਤ ਵੀ ਪੜ੍ਹੀਏ। ਤਦ ਉਸਨੇ ਉਹਨਾਂ ਨੂੰ ਆਖਿਆ, ਜੀ ਹਿੰਦੀ 'ਚ ਵੀ ਪੜ੍ਹੀਏ ਬਾਅਦ ਵਿੱਚ, ਕਿ ਇਹ ਮੇਰੀਆਂ ਉਹ ਗੱਲਾਂ ਹਨ, ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦੀਆਂ ਹੋਈਆਂ ਤੁਹਾਨੂੰ ਆਖੀਆਂ, ਭਈ ਉਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੀ ਜੋ ਮੂਸਾ ਦੀ ਤੁਰੇਤ। ਹਾਂ, ਬੜੇ ਧਿਆਨ ਨਾਲ ਸੁਣੀਏ, ਜੋ ਮੂਸਾ ਦੀ
ਤੁਰੇਤ ਤੁਰੇਤ ਅਤੇ ਨਬੀਆਂ ਦੇ ਪੁਸਤਕਾਂ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਅਤੇ ਜ਼ਬੂਰਾਂ ਦੇ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ। ਹਾਲੇਲੂਇਆ ਹਾਲੇਲੂਇਆ। ਕਿਤਾਬਾਂ ਵੀ ਦੱਸੀਆਂ ਨਾਲ, ਪਹਿਲਾਂ ਕਿਹਦੀ ਕਿਤਾਬ ਚੈੱਕ ਕਰਨੀ? ਮੂਸਾ ਦੀ, ਫਿਰ ਨਬੀਆਂ ਦੀ, ਫਿਰ ਜ਼ਬੂਰਾਂ ਦੀ ਕਿਤਾਬ ਚੈੱਕ ਕਰੋ। ਉਹਦੇ ਵਿੱਚ ਤੁਹਾਨੂੰ ਕੌਣ ਮਿਲੂਗਾ? ਯਿਸੂ ਮਸੀਹ ਦੇ ਬਾਰੇ ਤੁਹਾਨੂੰ ਸਿੱਖਣ ਨੂੰ ਮਿਲੂਗਾ। ਹਾਲੇਲੂਇਆ ਹਾਲੇਲੂਇਆ। ਤੇ ਗੱਲਾਂ ਕਿਹਨਾਂ ਨਾਲ ਕਰ ਰਹੇ ਪ੍ਰਭੂ? ਚੇਲਿਆਂ ਨੂੰ ਕੁਝ ਨਹੀਂ ਪੱਲੇ ਪਿਆ, ਫੇਰ ਹੀ 45 ਯਾਦ ਵਿੱਚ ਲਿਖਿਆ ਪਰਮੇਸ਼ਵਰ ਨੇ ਕੀ ਖੋਲਤੀ? ਬੁੱਧ। ਬੋਲੋ, ਬੁੱਧ ਖੋਲਦੀ। ਪਰਮੇਸ਼ਵਰ ਨੇ ਕੀ ਖੋਲਤੀ? ਉਹਨਾਂ ਦੀ ਡਿਵਾਈਨ ਵਿਜ਼ਡਮ ਪਰਮੇਸ਼ਵਰ ਵੱਲੋਂ ਮਿਲਦੀ ਆ, ਸਪਿਰਚੁਅਲ ਬੁੱਧ ਪਰਮੇਸ਼ਵਰ ਖੋਲਦਾ ਏ ਜਦੋਂ ਤੁਸੀਂ ਪੜ੍ਹਦੇ ਹੋ, ਜਦੋਂ ਤੁਸੀਂ ਖੁਦਾ ਨਾਲ ਬੋਲਦੇ ਹੋ, ਗੱਲਬਾਤ ਕਰਦੇ ਹੋ। ਕਈ ਭੈਣਾਂ ਭਰਾ ਹੈਗੇ ਨੇ ਕੰਪਲੇਂਟ ਕਰਦੇ, ਪਾਸਟਰ ਜੀ ਮੈਂ ਨਾ ਬਾਈਬਲ ਪੜ੍ਹਦਾ ਪਰ ਮੈਨੂੰ ਸਮਝ ਨਹੀਂ ਲੱਗਦਾ। ਮੈਨੂੰ ਸਮਝ ਕਿਉਂ ਨਹੀਂ ਲੱਗਦਾ ਸਮਝ? ਹਾਲੇ ਤੱਕ ਪਰਮੇਸ਼ਵਰ ਨੇ ਬੁੱਧ ਸਾਡੀ ਵਿੱਕੀ ਅੰਡਰਸਟੈਂਡ ਕਰੇ ਇਸ ਗੱਲ ਨੂੰ। ਤਾਂ ਪਰਮੇਸ਼ਵਰ ਇਹ ਬੁੱਧ ਖੁਦਾ ਦਿੰਦਾ ਹੈ। ਮੈਂ ਸੱਚ ਕਹਿ ਰਿਹਾ, ਜਿੱਦਾਂ ਮੇਰੇ ਤੇ ਪਰਮੇਸ਼ਵਰ ਭੇਤ ਖੋਲਦਾ, ਮੈਂ ਕਲਾਮ ਨੂੰ ਪੜ੍ਹਦਾ ਤੇ ਤੁਹਾਨੂੰ ਬੋਲ ਕੇ ਸੁਣਾਉਂਦਾ ਹੈ, ਤੁਹਾਨੂੰ ਵੀ ਪਰਮੇਸ਼ਵਰ ਇੱਦਾਂ ਹੀ ਦਿੰਦਾ ਹੈ। ਪਰ ਅਸੀਂ ਆਪਣੇ ਮਾਈਂਡ ਨੂੰ ਉੱਦਾਂ ਚਲਾਉਂਦੇ ਨਹੀਂ ਆ, ਆਪਣੇ ਮਾਈਂਡ ਨੂੰ ਉੱਦਾਂ ਵਰਤਦੇ ਨਹੀਂ ਆ। ਤੁਸੀਂ 1% ਹੀ ਯੂਜ ਕਰਦੇ ਹੋ, ਜਿੱਦਣ 100% ਯੂਜ ਕਰ ਲਿਆ ਤੁਹਾਨੂੰ ਸਾਰਾ ਪਤਾ ਲੱਗ ਜੂ, ਉਤਪਤੀ ਤੋਂ ਪ੍ਰਕਾਸ਼ ਦੀ ਪੋਥੀ ਤੱਕ। ਹਾਲੇਲੂਇਆ ਹਾਲੇਲੂਇਆ। ਜਿੱਦਣ ਮਾਈਂਡ ਨੂੰ ਆਪਣੇ ਨੂੰ ਯੂਜ਼ ਕੀਤਾ, ਇਹ ਪਰਮੇਸ਼ਵਰ ਬੁੱਧ ਦਿੰਦਾ ਹੈ। ਹਾਂਜੀ, ਪੜ੍ਹੀ ਹੁਣ ਹਿੰਦੀ ਵਿੱਚ ਵੀ। ਫਿਰ ਉਸਨੇ ਉਨਸੇ ਕਹਾ, ਯਹ ਮੇਰੀ ਵਹਿ ਬਾਤੇ ਹੈ ਜੋ ਮੈਨੇ ਤੁਮਾਰੇ ਸਾਥ ਰਹਿਤੇ ਹੋਏ ਤੁਮਸੇ ਕਹੀ ਥੀ, ਕਿ ਅਵਸ਼ਯ ਹੈ ਕਿ ਜਿਤਨੀ ਬਾਤੇ ਮੂਸਾ ਕੀ ਵਿਵਸਥਾ ਔਰ ਭਵਿਸ਼ਯ ਦਕਤਾਓ ਔਰ ਭਜਨੋ ਕੀ ਪੁਸਤਕੋ ਮੇ ਮੇਰੇ ਵਿਸ਼ੇ ਮੇ ਲਿਖੀ ਹੈ ਸਭ ਪੂਰੀ ਹੋ। ਹਾਲੇਲੂਇਆ ਹਾਲੇਲੂਇਆ। ਨਾਲ ਦੀ ਵੀ ਪੜ੍ਹ ਦੋ ਯਾਰ। ਤਬ ਉਸਨੇ ਪਵਿੱਤਰ ਸ਼ਾਸਤਰ ਬੁਝਨੇ ਕੇ ਲੀਏ ਉਨਕੀ ਸਮਝ ਖੋਲ ਦੀ। ਪਰਮੇਸ਼ਵਰ ਨੇ ਕੀ ਖੋਲਤੀ ਉਹਨਾਂ ਦੀ? ਸਮਝ। ਸਮਝ। ਕਿਤਾਬਾਂ ਸੁਣੋ, ਮੂਸਾ ਨੇ ਜਿਹੜੀਆਂ 5 ਐਤਾਂ ਲਿਖ ਕਿਤਾਬਾਂ ਲਿਖ ਦਿੱਤੀਆਂ, ਫਿਰ ਨਬੀਆਂ ਦੀਆਂ 17 ਕਿਤਾਬਾਂ ਆ ਗਈਆਂ, ਫਿਰ ਭਜਨਾਂ ਦੀਆਂ ਕਿਤਾਬਾਂ ਆ ਗਈਆਂ। ਪਰਮੇਸ਼ਵਰ ਏਦਾਂ ਬੁੱਧ ਖੋਲਦਾ ਹੈ। ਪੁਰਾਣੇ ਨੇਮ ਨੂੰ ਜੇ ਤੁਸੀਂ ਪੜੋਗੇ ਨਾ, ਤੁਹਾਨੂੰ ਖੁਦਾ ਦੇ ਬਾਰੇ ਜਾਣਕਾਰੀ ਮਿਲੂਗੀ, ਪਰਮੇਸ਼ਵਰ ਦੇ ਬਾਰੇ ਜਾਣਕਾਰੀ ਮਿਲੂਗੀ, ਵੀ ਪਰਮੇਸ਼ਵਰ ਸਾਡਾ ਕਿੰਨਾ ਮਹਾਨ ਆ, ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਉਹ ਕਰਦਾ, ਆਪਣੇ ਧੀਆਂ ਪੁੱਤਰਾਂ ਨੂੰ ਕਿੰਨਾ ਉਹ ਪਿਆਰ ਕਰਦਾ, ਸਾਡੇ ਲਈ ਕੀ ਕੁਝ ਪਰਮੇਸ਼ਵਰ ਨੇ ਕੀਤਾ ਹੈ, ਕਿੱਦਾਂ ਕਿੱਦਾਂ ਖੁਦਾ ਨੇ ਸਾਨੂੰ ਬਚਾਇਆ ਹੈ, ਕਿਸ ਰੀਤੀ ਨਾਲ ਪਰਮੇਸ਼ਵਰ ਸਾਨੂੰ ਆਪਣੀ ਹਜ਼ੂਰੀ ਵਿੱਚ ਲੈ ਕੇ ਪਹੁੰਚਿਆ ਹੈ, ਕਿੱਦਾਂ ਖੁਦਾ ਨਾਲ ਸਾਡਾ ਮਿਲਾਪ ਹੋਇਆ ਹੈ। ਇਹ ਜਦੋਂ ਪੁਰਾਣਾ ਨੇਮ ਪੜੋਗੇ ਤੁਸੀਂ, ਅੱਜ ਕਈਆਂ ਚਰਚਾਂ 'ਚ ਕਈਆਂ ਥਾਵਾਂ 'ਤੇ ਪੁਰਾਣੇ ਨੇਮ ਦਾ ਮਤਲਬ ਕਿ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ, ਤਾਂ ਤਾਂ ਹੀ ਤਾਂ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਪਰਮੇਸ਼ਵਰ ਦੇ ਬਾਰੇ, ਪਤਾ ਨਹੀਂ ਉਹਨਾਂ ਨੂੰ, ਪਤਾ ਕਿੱਦਾਂ ਹੋਵੇਗਾ ਜਦੋਂ ਪੜ੍ਹਨਗੇ? ਅਬਰਾਹਮ ਦੇ ਬਾਰੇ ਨਹੀਂ ਪਤਾ, ਮੂਸਾ ਬਾਰੇ ਨਹੀਂ ਪਤਾ, ਏਲੀਆ ਦੇ ਬਾਰੇ ਨਹੀਂ, ਅਲੀਸ਼ਾ ਬਾਰੇ ਨਹੀਂ ਪਤਾ, ਵੀ ਕਿੱਦਾਂ ਚੇਲਾਗਿਰੀ ਕਰਨੀ ਹੈ ਇਹਦੇ ਬਾਰੇ ਵੀ ਬਾਈਬਲ 'ਚ ਪਤਾ ਲੱਗਦਾ। ਪੁਰਾਣੇ ਨੇਮ 'ਚ ਹੀ ਅਲੀਸ਼ਾ ਨੇ ਕਿੱਦਾਂ ਡਬਲ ਮਸਾ ਪਾਇਆ, ਕਿੱਦਾਂ ਸ਼ਨੋਮੀ ਔਰਤ ਨੇ ਬਰਕਤ ਪਾਈ, ਕਿੱਦਾਂ ਇੱਕ ਵਿਧਵਾ ਔਰਤ ਨੇ ਆਗਿਆਕਾਰੀ ਕਰਕੇ ਬਰਕਤ ਪਾਈ, ਕਿੱਦਾਂ ਪਰਮੇਸ਼ਵਰ ਤੋਂ ਬਰਕਤ ਪਾਈ, ਆਸ਼ੀਸ਼ ਪਾਈ। ਜਦੋਂ ਖੁਦਾ ਦੇ ਵਿੱਚ ਉਹ ਵਧੇ ਨੇ, ਪਰਮੇਸ਼ਵਰ 'ਚ ਚੱਲੇ ਨੇ, ਤਾਂ ਫਿਰ ਪਤਰਸ ਜਦੋਂ ਪ੍ਰਚਾਰ ਕਰਨ ਲੱਗਾ, ਉਹ ਪੁਰਾਣੇ ਨੇਮ ਦੇ ਵਿੱਚੋਂ ਐਤਾਂ ਲੈ ਕੇ ਸ਼ੁਰੂਆਤ ਕੀਤੀ ਆ। ਕੀ ਕਹਿ ਰਿਹਾ ਪਤਰਸ?
ਨਬੀ ਦੀ ਕਿਤਾਬ ਬੋਲਦਾ ਉੱਥੇ ਇਹ ਉਹ ਵਚਨ ਪੂਰਾ ਹੋਇਆ ਕੀ ਲਿਖਿਆ ਗਿਆ ਸੀ ਕੀ ਲਿਖਿਆ ਸੀ ਤਦ ਉਸਨੇ ਉਹਨਾਂ ਨੂੰ ਆਖਿਆ ਕਿ ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦੀਆਂ ਹੋਇਆਂ ਤੁਹਾਨੂੰ ਆਖੀਆਂ ਭਈ ਉਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੀ ਪੁਸਤਕ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ ਹਾਲੇਲੂਇਆ ਹਾਲੇਲੂਇਆ ਉਹ ਸਾਰੀਆਂ ਗੱਲਾਂ ਪੂਰੀਆਂ ਯਿਸੂ ਮਸੀਹ ਕਹਿੰਦਾ ਹੋਣੀਆਂ ਜੋ ਮੇਰੇ ਹੱਕ ਵਿੱਚ ਪੁਰਾਣੇ ਨੇਮ ਵਿੱਚ ਲਿਖੀਆਂ ਹੋਈਆਂ ਨੇ ਪੁਰਾਣੇ ਨੇਮ ਨੂੰ ਸਮਝੋਗੇ ਤਾਂ ਤੁਹਾਨੂੰ ਨਵਾਂ ਨੇਮ ਤੁਹਾਡੀਆਂ ਅੱਖਾਂ ਦੇ ਮੂਹਰੇ ਆ ਜਾਊਗਾ ਜਦੋਂ ਪੁਰਾਣਾ ਨੇਮ ਪੜ੍ਹਨਾ ਸ਼ੁਰੂ ਕਰ ਲੂੰਗੇ ਨਾ ਤੁਹਾਡੇ ਅੱਖਾਂ ਦੇ ਮੂਹਰੇ ਬਿਨਾਂ ਪੜ੍ਹੇ ਨਵਾਂ ਨੇਮ ਖੁੱਲ੍ਹਣਾ ਕੀ ਹੋ ਜਾਣਾ ਸ਼ੁਰੂ ਹੋ ਜਾਣਾ ਇਸੇ ਲਈ ਤੁਹਾਨੂੰ ਕਿਹਾ ਅੱਜ ਸਿਖਾ ਰਿਹਾ ਮੈਂ ਸ਼ੁਰੂਆਤ ਕਰੋ ਪੁਰਾਣੇ ਨੇਮ ਤੋਂ ਪਰਮੇਸ਼ੁਰ ਨੂੰ ਜਦੋਂ ਜਾਣ ਲਿਆ ਨਾ ਖੁਦਾ ਨੂੰ ਸਮਝ ਲਿਆ ਨਵਾਂ ਨੇਮ ਤੁਹਾਡੇ ਮੂਹਰੇ ਆਪੇ ਖੁੱਲ੍ਹ ਜਾਣਾ ਹਾਂ ਯਿਸੂ ਮਸੀਹ ਕਿਉਂ ਆਏ ਭਰਾਵਾ ਆਦਮ ਤੇ ਹਵਾ ਨੇ ਪਾਪ ਕਰਤਾ ਸੀ ਇਸ ਲਈ ਪੁੱਤਰ ਨੂੰ ਆਉਣਾ ਪਿਆ ਇਸ ਲਈ ਇਹ ਸਭ ਕੁਝ ਕ੍ਰੀਏਟ ਕਰਨਾ ਪਿਆ ਸਮਝ ਜ਼ਰੂਰੀ ਹੈ ਬੁੱਧ ਪਰਮੇਸ਼ੁਰ ਤੋਂ ਮੰਗੋ ਫਿਰ ਜੋ ਤੁਸੀਂ ਦੁਆ 'ਚ ਬੈਠੋਗੇ ਨਾ ਤੁਹਾਡੀ ਦੁਆ ਪ੍ਰਾਰਥਨਾ ਪਾਵਰਫੁੱਲ ਹੋਵੇਗੀ ਜਦੋਂ ਤੁਸੀਂ ਰਸੂਲਾਂ ਦੇ ਕਰਤੱਬ ਪੜ੍ਹਦੇ ਹੋ ਜਦੋਂ ਰਸੂਲਾਂ ਦੇ ਕਰਤੱਬ ਪੜ੍ਹਦੇ ਹੋ ਤੁਸੀਂ ਦੋ ਭਾਗ ਉਹਦੇ ਵਿੱਚ ਪਤਰਸ ਨੇ ਸਾਫ ਲਿਖਿਆ 15 ਆਇਤ ਵਿੱਚ ਕਿ ਇਹ ਜਿਵੇਂ ਤੁਸੀਂ ਸਮਝਦੇ ਹੋ ਨਸ਼ੇ ਵਿੱਚ ਨਹੀਂ ਹਨ ਕਿਉਂ ਜੋ ਅਜੇ ਪਹਿਰ ਦਿਨ ਚੜ੍ਹਿਆ ਹੈ ਪਰ ਇਹ ਉਹ ਗੱਲ ਹੈ ਜੋ ਜੋਇਲ ਨਬੀ ਦੀ ਜ਼ਬਾਨੀ ਕਹੀ ਗਈ ਸੀ ਜੀ ਕੀ ਕਹੀ ਗਈ ਸੀ ਜੋਇਲ ਨਬੀ ਦੀ ਜ਼ਬਾਨੀ ਪਰਮੇਸ਼ੁਰ ਆਖਦਾ ਹੈ ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐ ਹੋਵੇਗਾ ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ਅਤੇ ਤੁਹਾਡੇ ਪੁੱਤਰ ਔਰ ਤੁਹਾਡੀਆਂ ਧੀਆਂ ਅਗਮ ਵਾਕ ਕਰਨਗੇ ਅਤੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਅਤੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਹਾਲੇਲੂਇਆ ਹਾਲੇਲੂਇਆ ਪੁਰਾਣਾ ਨੇਮ ਕੋਟ ਕਰ ਰਿਹਾ ਇੱਥੇ ਪਤਰਸ ਨੇ ਵੀ ਜਦੋਂ ਪ੍ਰਚਾਰ ਸ਼ੁਰੂ ਕੀਤਾ ਤੇ ਕਿੱਥੋਂ ਪੁਰਾਣੇ ਨੇਮ ਦੇ ਵਿੱਚੋਂ ਸ਼ੁਰੂ ਕੀਤਾ ਏ ਪੈਲੂਸ ਵੀ ਪੁਰਾਣੇ ਨੇਮ ਦੇ ਰੈਫਰੈਂਸ ਦਿੰਦਾ ਸੀਗਾ ਸੰਤ ਪੌਲ ਕਾਹਦੇ ਰੈਫਰੈਂਸ ਦਿੰਦਾ ਸੀ ਪੁਰਾਣੇ ਨਿਯਮ ਪੁਰਾਣੇ ਨੇਮ ਦੇ ਯਿਸੂ ਮਸੀਹ ਵੀ ਕਾਹਦੇ ਰੈਫਰੈਂਸ ਦਿੰਦੇ ਸੀ ਪੁਰਾਣੇ ਨਿਯਮ ਨਵੇਂ ਨੇਮ ਵਿੱਚ 200 ਵਾਰੀ ਪੁਰਾਣੇ ਨੇਮ ਦੇ ਰੈਫਰੈਂਸ ਦਿੱਤੇ ਗਏ ਨੇ 200 ਵਾਰ ਯਿਸੂ ਮਸੀਹ ਨੇ ਪੌਲ ਨੇ ਪਤਰਸ ਨੇ ਯਹੂਦਾ ਨੇ ਯਿਸੂ ਮਸੀਹ ਦੇ ਬਾਰੇ ਰੈਫਰੈਂਸ ਦਿੱਤੇ ਨੇ ਤਾਂ ਮੈਂ ਅੱਜ ਤੁਹਾਨੂੰ ਸਿਖਾ ਰਿਹਾ ਵੀ ਤੁਹਾਡੀ ਦੁਆ ਪ੍ਰਭਾਵਸ਼ਾਲੀ ਪਾਵਰਫੁੱਲ ਕਦੋਂ ਬਣਨੀ ਜਦੋਂ ਤੁਸੀਂ ਪਰਮੇਸ਼ੁਰ ਨੂੰ ਜਾਣ ਲਿਆ ਜਦੋਂ ਪੁਰਾਣਾ ਨੇਮ ਪੜ੍ਹੋਗੇ ਤੁਹਾਨੂੰ ਪਰਮੇਸ਼ੁਰ ਦੇ ਬਾਰੇ ਪਤਾ ਲੱਗੇਗਾ ਵੀ ਪਰਮੇਸ਼ੁਰ ਦੀ ਪਾਵਰ ਕੀ ਆ ਪਰਮੇਸ਼ੁਰ ਦੀ ਸਮਰੱਥ ਕੀ ਆ ਪਰਮੇਸ਼ੁਰ ਕੀ ਕਰਦਾ ਏ ਖੁਦਾ ਕਿੱਦਾਂ ਚਮਤਕਾਰ ਕਿੱਦਾਂ ਪਾਵਰ ਭੇਜਦਾ ਏ ਤੁਹਾਨੂੰ ਜਦੋਂ ਪੁਰਾਣੇ ਨੇਮ ਦੇ ਬਾਰੇ ਪਤਾ ਲੱਗ ਗਿਆ ਨਾ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ੁਰ ਦੀ ਸਮਰੱਥ ਦੇਖਿਓ ਨਵੇਂ ਨੇਮ ਨੂੰ ਆਪਣੇ ਆਪ ਹੀ ਪਰਮੇਸ਼ੁਰ ਸਮਝਾਵੇਗਾ ਫਿਰ ਆਮੇਨ ਹਾਲੇਲੂਇਆ ਹਾਲੇਲੂਇਆ ਅੱਖਾਂ ਨੂੰ ਬੰਦ ਕਰੋ ਸਿਰਾਂ ਨੂੰ ਝੁਕਾਓ ਤੇ ਉਹਨੂੰ ਪ੍ਰਾਰਥਨਾ ਕਰੋ ਪ੍ਰਭੂ ਜੀ ਸਾਨੂੰ ਬੁੱਧ ਦੇ ਸਮਝ ਦੇ ਅਸੀਂ ਤੇਰੇ ਕਲਾਮ ਨੂੰ ਤੇਰੇ ਪਵਿੱਤਰ ਸ਼ਾਸਤਰਾਂ ਨੂੰ ਸਮਝ ਸਕੀਏ ਤੇਰੀ ਬਾਣੀ ਦੇ ਅਨੁਸਾਰ ਚੱਲੀਏ ਔਰ ਪ੍ਰਭੂ ਜੀ ਸੱਚਮੁੱਚ ਮੈਂ ਤੈਨੂੰ ਜਾਣਨਾ ਚਾਹੁੰਦਾ ਮੈਂ ਅੱਜ ਤੋਂ ਹੀ ਪੁਰਾਣੇ ਨੇਮ ਨੂੰ ਪੜ੍ਹਨਾ ਸ਼ੁਰੂ ਕਰਾਂਗਾ ਔਰ ਨਵਾਂ ਨੇਮ ਵੀ ਪੜ੍ਹਾਂਗਾ ਔਰ ਤੇਰੇ ਵਚਨ ਦੇ ਮੁਤਾਬਕ ਚੱਲਾਂਗਾ ਕਰੀਏ ਦੁਆ ਕਰੀ ਉੱਚੀ ਆਵਾਜ਼ ਨਾਲ ਜਿਹਨੇ ਔਨਲਾਈਨ ਵੀ ਵੇਖਦੇ ਨੇ ਦੁਆ ਕਰੀਏ ਵੀ ਖੁਦਾਵੰਦ ਸੱਚਮੁੱਚ ਮੈਂ ਤੇਰੇ ਕਲਾਮ ਨੂੰ ਸਮਝਾਂ
तेरी पावर नू समझा परमेश्वर तेरे बारे में जाना जब मैं वचन नू पढ़ा जिस तरह यीशु मसीह ने लुका 24:45 विच अपने चेलियां दी बुद्ध नू खोलिया भी वह कलाम नू समझ सकन अज मेरी प्रार्थना परमेश्वर ताडी समझ ते बुद्ध नू खोलेगा तुसी कलाम नू समझोगे परमेश्वर दे कलाम नू समझोगे आमेन गॉड ब्लेस यू परमेश्वर तुहानू बहुत बरकत दे आमेन।